वाहिगुरु जी का खालसा, वाहिगुरु जी की फतेह। प्यारे दर्शकों, सिख चैनल दी टीम पहुंची है इस वक्त कैलिफोर्निया ते इत्थे जिहड़ा शहर है भाजी हुणी आपे दसणगे ते सरदार सतनाम सिंह दे घर पहुंचे हाँ। गुरु नानक दा सिख जिथे भी गया प्यारे दर्शको, गुरु नानक दा फलसफा उन्हें जिहड़ा उही पढ़िया, किरत करो, नाम जपो ते वंड के छको सतां समुद्रां तो पार। जिथे भी सिख है सब तो पहला उन्हें गुरु घर बनाया, फिर गुरु नानक ने जो मांगे ठाकर अपने ते सोई सोई देवे। गुरु ने कुछ छुपाया नहीं अपने सिखां दे कोलों, पर किरत करनी ते नाम जपना वंड छकना ये बड़ा वड्डा एक फलसफा है। इस कारण करके जदों भी सिख चाहे बस च होवे, ट्रेन च होवे, जहाज च होवे, चाहे वह खेतों च होवे, वो जो प्रशादा छकता है लागे जरूर पुछता है भी तुसीं भी छक लो, खाओ खर्चो रल मिल भाई, टोट ना आवे वध हो जाई। तो असी उन्हां दे घर खड़े हाँ अते घर भी वेख्या जिहड़ा बड़ा मन खुश होया। नॉर्थ कैलिफोर्निया दा वड्डे घरां जो घर आउंदा है गुरु प्यारिओ, 5 एकड़ दे विच जिहड़ी पिछे बिल्डिंग वेख रहे जे 30,000 स्क्वेयर फुट दे विच ये घर है, 20 बैडरूम दा घर है। तो खुशी दी गल इह है गुरु प्यारिओ कि 4 भाई हैं सारे ही एक घर के रेंदे हैं, जिथे थपाक होवे उत्थे वाहिगुरू का वासा हुंदा है। सो गुरु प्यारिओ गुरु के भय दे विच रेंदे हैं, किरत करते हैं, किरत करके गुरु प्यारिओ इत्थे इन्होंने कैलिफोर्निया दे विच अपना जिहड़ा नाम बनाया है। आओ उन्हां दे नाल तुहानू 2 मिनट रूबरू कराउंदे आ। भाजी सतनाम सिंह जी, वाहिगुरू जी का खालसा, वाहिगुरू जी की फतेह। वाहिगुरू जी का खालसा, वाहिगुरू जी की फतेह। बड़ी खुशी हुई है सिख चैनल की टीम तुहाडे घर आई आ ते इत्थे दा तुहाडे नाल मिल के घर वेख के बड़ा मन खुश होया, क्योंकि ये भी एक पंजाबियां दा नाँ उच्चा है सत्तां समुंदरां तों पार आण के तुहां कीता। तुसीं अपने पिछोकड़ बारे दसोगे, अपना पिछे पिंड किहड़ा ते कदों कि तुसीं फिर उडारी मारी अमेरिका दी? साडा जी पिछला पिंड रुड़का कलां जलंधर जिले विच आ, पर असीं ਮਹਿਤਪੁਰ ਨਕੋਦਰ ਦੇ ਲਾਗੇ ਰਹਿੰਦੇ ਸੀਗੇ ਪਾਕਿਸਤਾਨ ਦੀ ਜ਼ਮੀਨ 'ਤੇ, ਅਤੇ ਅਸੀਂ ਕੋਈ 35 ਸਾਲ ਪਹਿਲਾਂ ਇੱਥੇ ਆਏ ਹਾਂ। ਅਸੀਂ 6 ਭਰਾ ਸੀਗੇ, 4 ਭਰਾ ਅਸੀਂ ਇਕੱਠੇ ਹਾਂ ਖੇਤੀ ਕਰਦੇ, 2 ਭਰਾ ਅਲੱਗੇ ਆ। ਅਤੇ ਆ ਕੇ ਫਿਰ ਅਸੀਂ ਖੇਤੀ ਦਾ ਕੰਮ ਸ਼ੁਰੂ ਕਰ ਦਿੱਤਾ ਅਤੇ ਵਾਹਿਗੁਰੂ ਨੇ ਉਹਦੇ ਵਿੱਚ ਬੜਾ ਤਰੱਕੀ ਦਿੱਤੀ ਹੈ। ਜਦੋਂ ਤਾਂ ਖੇਤੀ ਦਾ ਕੰਮ ਸ਼ੁਰੂ ਕੀਤਾ ਪਹਿਲਾਂ ਹੀ ਆਪਣੀ ਖੇਤੀ ਲਈ ਕੇ ਜਾਂ ਪਹਿਲਾਂ ਜਦਾਂ ਆਮ ਹੁੰਦਾ ਵਾ ਕਿ ਕਿਸੇ ਦੂਜੇ ਦੇ ਨਾਲ ਲਾ ਕੇ ਕੰਮ ਕਰਨਾ? ਪਹਿਲਾਂ ਅਸੀਂ ਆਪਣਾ ਕੰਮ ਸ਼ੁਰੂ ਕੀਤਾ ਸੀ ਬੇ ਏਰੀਏ ਦੇ ਵਿੱਚ, ਉਸ ਤੋਂ ਬਾਅਦ ਕੁਛ 5-10 ਸਾਲਾਂ ਬਾਅਦ ਫਿਰ ਅਸੀਂ ਸੋਚਿਆ ਕਿਉਂ ਨਾ ਖੇਤੀ ਦਾ ਕੰਮ ਸ਼ੁਰੂ ਕੀਤਾ ਜਾਵੇ, ਕਿਉਂਕਿ ਮੇਰੇ ਮਾਂ ਪੇ ਉਹਨਾਂ ਦੀ ਖੇਤੀ ਵਿੱਚ ਬੜਾ ਪ੍ਰੇਮ ਸੀਗਾ। ਤਾਂ ਖੇਤੀ ਦਾ ਕੰਮ ਸ਼ੁਰੂ ਕਰ ਲਿਆ, ਉਹ ਤੋਂ ਵਾਹਿਗੁਰੂ ਨੇ ਬੜੇ ਰੰਗ ਲਾ ਦਿੱਤੇ, ਤਾਂ ਹੁਣ 4 ਭਰਾ ਬੜੇ ਸਕਸੈਸਫੁਲ ਆ ਇਸ ਕੰਮ ਦੇ ਵਿੱਚ ਹੈਗੇ। ਅਤੇ ਇਸ ਵਕਤ ਗੁਰੂ ਨਾਨਕ ਸਾਹਿਬ ਦੀ ਕਿਰਪਾ ਦੇ ਨਾਲ ਕਿੰਨੇ 1,000 ਏਕੜ ਜ਼ਮੀਨ ਆਪਣੇ ਕੋਲ? 50,000 ਤੋਂ ਉੱਤੇ ਹੋਣੀ ਹੈਗੀ ਹੈ। ਇਹਨੇ ਜਿਹੜੀ ਖੇਤੀ ਹੈ ਆਪਣੇ ਕੋਲ 50,000 ਤੋਂ ਉੱਪਰ, ਇਹਦੇ ਵਿੱਚ ਕੀ ਫਲ ਫਰੂਟ ਜਿਹੜੇ ਲਗਾਉਂਦੇ ਤੁਸੀਂ? ਇਹਦੇ ਵਿੱਚ ਜ਼ਿਆਦਾ ਤਾਂ ਸਾਡੇ ਬਦਾਮਾਂ ਦੇ ਹੀ ਆ, ਫਿਰ ਵਾਲਨਟ, ਚੈਰੀਜ਼, ਗਰੇਪਸ ਵੀ ਅੱਗੇ ਸੀਗੇ, ਅਤੇ ਕੁਝ ਸਾਡੀ ਜ਼ਮੀਨ ਦੇ ਵਿੱਚ ਟੈਕਸਸ ਦੇ ਵਿੱਚ ਆ, ਉੱਥੇ ਆਇਲ ਨਿਕਲਦਾ ਹੈਗਾ, ਪਰ ਉੱਥੇ ਲੱਗਾ ਨਹੀਂ ਕੁਛ ਆਇਲ ਹੀ, ਮਤਲਬ ਜ਼ਮੀਨ 'ਚੋਂ ਨਿਕਲਦਾ ਹੈਗਾ। ਫਿਰ ਤਾਂ ਬਹੁਤ ਵਧੀਆ ਹੋਇਆ, ਜਿਹੜੀ ਜ਼ਮੀਨ 'ਚੋਂ ਹੀ ਤੇਲ ਨਿਕਲਦਾ ਹੋਵੇ ਅਤੇ ਫਿਰ ਤਾਂ ਬੱਲੇ ਬੱਲੇ ਆ। ਉਹ ਇੱਥੋਂ ਦੂਰ ਹੈ ਜ਼ਮੀਨ? ਉਹ ਟੈਕਸਸ ਦੇ ਵਿੱਚ ਐਲ ਪਾਸੋ ਦੇ ਕੋਲ ਹੈਗੀ ਆ, ਅਤੇ ਉੱਥੇ ਤੇਲ ਬਹੁਤ ਵੱਡੀ ਮਕਦਾਰ ਦੇ ਵਿੱਚ ਨਿਕਲਿਆ ਹੈਗਾ, ਸੋ ਉਹ ਇੱਥੇ ਨਾਲੋਂ ਵਧੀਆ ਹੈਗਾ ਕੰਮ। ਅਤੇ ਇਹ ਜਿਹੜਾ ਤੁਹਾਡਾ ਘਰ ਆਪਾਂ ਪਿੱਛੇ ਵੇਖ ਰਹੇ ਹਾਂ, ਬੜਾ ਸ਼ਾਹੀ ਮਹਿਲ ਆ ਸਰਦਾਰਾਂ ਦੇ, ਅਤੇ ਇਹ ਐਡੇ ਵੱਡੇ ਘਰ ਦਾ ਭਾਅ ਜੀ ਜਿਹੜਾ ਮੇਨਟੇਨੈਂਸ ਕਰਨਾ ਵਾ, ਜਿਹੜੀ ਸਫਾਈ ਦਾ ਕੰਮ ਘੱਟੋ ਘੱਟ ਜੇ ਉਹ ਜੇ ਮਾਪੀ ਲਾਉਣਾ ਹੋਵੇ ਤਾਂ ਉਹ ਤਾਂ ਬੜਾ ਟਾਈਮ ਲੱਗ ਜਾਂਦਾ, ਅਤੇ ਕਿੱਦਾਂ ਇਹਦਾ ਸਾਰਾ ਐਡੇ ਵੱਡੇ ਘਰ ਦਾ ਮੇਨਟੇਨੈਂਸ ਹੁੰਦਾ? ਇੱਦਾਂ ਵੀ ਉਹ ਮੇਨਟੇਨ ਕਰਨ ਲਈ ਮੇਡਸ ਰੱਖੀਆਂ ਹੋਈਆਂ ਹੈਗੀਆਂ, ਹੋਰ ਬੰਦੇ ਕੰਮ ਕਰਦੇ ਰਹਿੰਦੇ ਹੈਗੇ ਆ। ਬਾਕੀ ਐਡਾ ਵੱਡਾ ਸਾਨੂੰ ਘਰ ਚਾਹੀਦਾ ਸੀਗਾ, ਕਿਉਂਕਿ ਅਸੀਂ 4 ਭਰਾ ਇਕੱਠੇ ਰਹਿੰਦੇ ਹਾਂ, ਸਾਡੇ ਬੱਚੇ, ਮੇਰਾ ਲੜਕਾ ਵੀ, ਭਤੀਜੇ ਭਤੀਜੀਆਂ ਸਾਰੇ ਇਕੱਠੇ ਹੀ ਰਹਿੰਦੇ ਹੈਗੇ ਆ, ਅਤੇ ਇਸ ਕਰਕੇ ਸਾਨੂੰ ਬਹੁਤ ਵੱਡੇ ਘਰ ਦੀ ਲੋੜ ਸੀ, ਅਤੇ ਮੇਨਟੇਨੈਂਸ ਤਾਂ ਫਿਰ ਵੱਡੇ ਘਰ ਦੀ ਜ਼ਿਆਦਾ ਹੀ ਹੁੰਦੀ ਆ, ਸੋ ਬੰਦੇ ਰੱਖੇ ਆ, ਕਰ ਲੈਂਦੇ, ਕਰੀ ਜਾਂਦੇ ਰਹਿੰਦੇ ਆ।
ਹੋਰ ਜਿਸ ਤਰ੍ਹਾਂ ਤੁਸੀਂ ਦੱਸਦੇ ਆ ਕਿ ਦਰਬਾਰ ਸਾਹਿਬ ਵੀ ਤੁਸੀਂ ਜਾਂਦੇ ਰਹਿੰਦੇ ਆ ਗੁਰੂ ਰਾਮਦਾਸ ਦੇ ਵੀ ਦਰ ਦੇ ਉੱਤੇ, ਉਹਦਾ ਵੀ ਆਸ਼ੀਰਵਾਦ ਪ੍ਰਾਪਤ ਕਰਦੇ ਜੇ, ਕਿੰਨੇ ਕੁ ਚਿਰ ਬਾਅਦ ਤੁਸੀਂ ਜਿਹੜੇ ਆ ਜਾ ਕੇ ਉੱਥੇ ਅਤੇ ਗੁਰੂ ਨੂੰ ਨਮਸਤਕ ਹੁੰਦੇ ਜੇ? ਅਸੀਂ ਉੱਥੇ ਹਰੇਕ ਸਾਲ ਜਾਈਦਾ ਹੈਗਾ, ਹਾਂਜੀ, ਅਤੇ ਆਪਣੇ ਉੱਥੇ ਕੋਈ 2 ਕੁ ਵੀਕਾਂ ਦੇ ਕਰੀਬ ਰਹਿ ਕੇ ਵਾਹਿਗੁਰੂ ਦੇ ਨਾਮ ਜਪੀਦਾ ਹੈਗਾ। ਐਕਚੁਅਲੀ ਮੈਂ ਤਾਂ ਮੇਰੇ ਮਦਰ, ਭਰਾ ਅਤੇ ਵਾਈਫ 5-4 ਜਣੇ ਹਰੇਕ ਸਾਲ ਜਾ ਕੇ ਉੱਥੇ ਸੇਵਾ ਕਰਕੇ ਆਈ ਦੀ ਹੈ। ਸੋ ਗੁਰੂ ਪਿਆਰਿਓ, ਗੁਰਬਾਣੀ ਦਾ ਫਰਮਾਨ ਹੈ, ਗੁਰ ਕੀ ਸੇਵਾ ਸੋ ਕਰੇ ਜਿਸ ਆਪ ਕਰਾਵੇ। ਗੁਰੂ ਪਿਆਰਿਓ, ਕਿ ਗੁਰੂ ਦੀ ਕਿਰਪਾ ਹੈ, ਜਿੱਥੇ ਗੁਰੂ ਦੇ ਸਿੱਖ ਸੇਵਾ ਕਰਦੇ ਹਨ, ਐਡੇ ਵੱਡੇ ਰੁਤਬੇ 'ਤੇ ਪਹੁੰਚਣਾ, 50,000 ਏਕੜ 'ਤੇ ਐਡੇ ਵੱਡੇ ਘਰਾਂ ਦੇ ਵਿੱਚ ਵੀ ਸਿਆਣੇ ਕਹਿੰਦੇ ਆ ਕਿ ਬੰਦਾ ਜਦੋਂ ਸੁੱਖ 'ਚ ਹੁੰਦਾ ਵਾ ਰੱਬ ਨੂੰ ਭੁੱਲ ਜਾਂਦਾ। ਅਤੇ ਭਾਅ ਜੀ, ਤੁਸੀਂ ਬੜੇ ਲੱਕੀ ਆ, ਤੁਸੀਂ ਬੜੇ ਕਰਮਾਂ ਵਾਲੇ ਆ ਕਿ ਇੰਨੇ ਸੁੱਖ ਦੇ ਵਿੱਚ ਵੀ ਤੁਹਾਨੂੰ ਜਿਹੜਾ ਵਾ ਪਰਮੇਸ਼ਰ ਜਿਹੜਾ ਵਾ ਉਹ ਯਾਦ ਰਹਿੰਦਾ। ਅਤੇ ਆਪਣੇ ਬੱਚੇ ਕਿੰਨੇ ਆ ਤੁਹਾਡੇ? ਮੇਰੇ 2 ਆ, ਇੱਕ ਲੜਕਾ ਇੱਕ ਲੜਕੀ ਆ। ਅਤੇ ਉਹ ਕੀ ਕੰਮ ਕਰਦੇ ਆ? ਲੜਕਾ ਤਾਂ ਮੇਰਾ ਇੰਜੀਨੀਅਰਿੰਗ ਕੀਤੀ ਸੀਗੀ ਅਤੇ ਉਹ ਹੁਣ ਮੇਰੇ ਨਾਲ ਹੀ ਕੰਮ ਕਰਦਾ, ਇਹ ਫਾਰਮ ਹੀ ਸੰਭਾਲਦੇ ਹੈਗੇ ਕਿਉਂਕਿ ਬਹੁਤ ਵੱਡਾ ਕੰਮ ਆ। ਮੇਰਾ ਲੜਕਾ, ਮੇਰੇ ਭਰਾ ਦੇ ਬੱਚੇ, ਭਰਾਵਾਂ ਦੇ ਬੱਚੇ ਵੀ ਸਾਰੇ ਇਸ ਬਿਜ਼ਨਸ ਦੇ ਵਿੱਚ ਆ, ਡਿਫਰੈਂਟ ਡਿਫਰੈਂਟ ਮਤਲਬ ਕੰਮ ਸੰਭਾਲੇ ਆ। ਕਿਉਂਕਿ ਜਦੋਂ ਫਾਰਮ ਦਾ ਐਡਾ ਵੱਡਾ, ਸਿਆਣੇ ਕਹਿੰਦੇ ਆ ਕਿ ਖੇਤੀ ਦੇ ਵਿੱਚ ਜਿੰਨੇ ਵੀ ਬੰਦੇ ਹੋਣ ਉਹ ਥੋੜ੍ਹੇ ਆ। ਅਤੇ ਹੁਣ ਇਸ ਵਕਤ ਆ ਜਿਹੜਾ ਸੀਜ਼ਨ ਚੱਲ ਰਿਹਾ, ਇਹਦੇ ਵਿੱਚ ਜਿੱਦਾਂ ਅਖਰੋਟ ਬਦਾਮਾਂ ਦਾ ਕਿਹੜਾ ਕਿਹੜਾ ਸੀਜ਼ਨ ਚੱਲ ਰਿਹਾ? ਇਸ ਵੇਲੇ ਅਸੀਂ ਬਦਾਮਾਂ ਦੀ ਹਾਰਵੈਸਟਿੰਗ ਕਰ ਰਹੇ ਹੈਗੇ ਹਾਂ ਅਤੇ ਇਹ ਮਤਲਬ ਅਗਸਤ ਤੋਂ ਲੈ ਕੇ ਜੁਲਾਈ ਦੇ ਆਖਰ ਤੋਂ ਲੈ ਕੇ ਨਵੰਬਰ ਤਾਈਂ ਉਹ ਹਾਰਵੈਸਟਿੰਗ ਚੱਲਦੀ ਹੈਗੀ ਆ, ਉਹ ਖਤਮ ਹੋਣ ਵਾਲੀ ਆ ਬਦਾਮਾਂ ਦੀ। ਉਸ ਤੋਂ ਬਾਅਦ ਫਿਰ ਵਾਲਨਟ ਸ਼ੁਰੂ ਹੋ ਜਾਣੇ ਹੈਗੇ ਚਾੜਨੇ ਹੈਗੇ ਆ। ਸੋ ਭਾਅ ਜੀ ਸਤਨਾਮ ਸਿੰਘ ਜੀ, ਆ ਹੁਣ ਆਪਾਂ ਪਿਆਰੇ ਦਰਸ਼ਕੋ ਲੈ ਚੱਲੀਏ ਜਿੱਥੇ ਕਿ ਬਦਾਮ ਪੈਕਿੰਗ ਹੁੰਦੇ ਆ, ਜਿੱਥੇ ਕਿ ਕਈ ਜਿਹੜੇ ਆ ਗੁਰੂ ਦੀ ਕਿਰਪਾ ਦੇ ਨਾਲ ਆਪਣੀ ਰੋਜ਼ੀ ਰੋਟੀ ਦੇ ਨਾਲ ਆਪਣੇ ਬੱਚੇ ਪਾਲਦੇ ਆ। ਅਤੇ ਆਓ ਭਾਈ ਸਤਨਾਮ ਸਿੰਘ ਜੀ, ਆਪਾਂ ਚੱਲੀਏ। ਪਿਆਰੇ ਦਰਸ਼ਕੋ, ਵੇਖ ਰਿਹਾ ਜੇ ਖੇਤ ਹੀ ਖੇਤ ਜਿਹੜੇ ਆ ਸਾਡੇ ਨਾਲ, ਅਤੇ ਤੁਹਾਨੂੰ ਖੇਤਾਂ ਦੇ ਵਿੱਚ ਜਾ ਕੇ ਅਸੀਂ ਦਿਖਾਲਦੇ ਹਾਂ ਉੱਥੇ ਬਦਾਮਾਂ ਦੀ ਪੈਕਿੰਗ ਅਤੇ ਹੋਰ ਵੀ ਜੋ ਕੁਛ ਆ ਤੁਹਾਡੀਆਂ ਅੱਖਾਂ ਦੇ ਨਾਲ। ਤੁਸੀਂ ਵੇਖਦੇ ਰਹਿਣਾ ਸਿੱਖ ਚੈਨਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਪਿਆਰੇ ਦਰਸ਼ਕੋ, ਆਪਾਂ ਸਰਦਾਰ ਸਤਨਾਮ ਸਿੰਘ ਜੀ ਉਹਨਾਂ ਦੇ ਘਰੋਂ ਚੱਲ ਕੇ ਆਏ ਹਾਂ। ਇੱਥੇ ਜਿਹੜੀ ਵਰਕਸ਼ਾਪ ਆ, ਇੱਥੇ ਇਹਨਾਂ ਦਾ ਜਿਹੜਾ ਏਰੀਆ ਵਾ, ਇਹਦੇ ਵਿੱਚ ਫੀਲਡ ਆਪਰੇਸ਼ਨ ਆ। ਸਾਡੇ ਨਾਲ ਸਰਦਾਰ ਜਸਵੰਤ ਸਿੰਘ ਜੀ ਜਿਹੜੇ ਸਾਰੀ ਦੇਖ ਰੇਖ ਕਰਦੇ ਆ। ਭਾਈ ਸਾਹਿਬ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਆਪਣਾ ਕਿਹੜਾ ਪਿੰਡ ਆ ਪੰਜਾਬ ਤੋਂ? ਮੇਰਾ ਪਿੰਡ ਕਰਤਾਰਪੁਰ ਹੈ ਜੀ, ਜਲੰਧਰ ਡਿਸਟ੍ਰਿਕਟ ਦੇ ਵਿੱਚ। ਜਿੱਥੇ ਕੁਰਸੀਆਂ, ਮੇਜ਼, ਫਰਨੀਚਰ ਬਹੁਤ? ਹਾਂਜੀ ਹਾਂਜੀ ਹਾਂਜੀ, ਫਰਨੀਚਰ ਬਹੁਤ ਮਸ਼ਹੂਰ ਹੈ ਜੀ। ਕਿੰਨੇ ਸਾਲ ਹੋ ਗਏ ਤੁਹਾਨੂੰ ਇੱਥੇ ਆਇਆ ਨੂੰ ਅਮਰੀਕਾ 'ਚ? ਮੈਨੂੰ ਜੀ 15 ਸਾਲ ਹੋ ਗਏ ਜੀ। ਅਤੇ ਇਹਨਾਂ ਦੇ ਸਰਦਾਰ ਸਤਨਾਮ ਸਿੰਘ ਕੇ ਫਾਰਮ ਦੇ ਵਿੱਚ ਕਿੰਨੇ ਸਾਲ ਹੋ ਗਏ ਕੰਮ? ਜਦੋਂ ਦਾ ਵੀ ਆਇਆ ਮੈਂ ਇੱਥੇ ਇਹਨਾਂ ਦੇ ਨਾਲ ਹੀ ਕੰਮ ਕਰ ਰਿਹਾ। ਅਤੇ ਪਹਿਲਾਂ ਮੈਂ ਥੋੜ੍ਹਾ ਟਰੈਕਟਰ ਜਿੱਦਾਂ ਆਮ ਥੋੜ੍ਹਾ ਕੰਮ, ਬਾਅਦ 'ਚ ਹੁਣ ਮੈਂ ਆਲ ਇਨ ਆਲ ਫੀਲਡ ਆਪਰੇਸ਼ਨ ਮੈਨੇਜਰ, ਸਾਰੇ ਜਾਣੀ ਜਿੰਨੇ ਵੀ ਇਹਨਾਂ ਦਾ ਕੰਮ ਆ ਸਾਰਾ ਦੇਖਦਾ। ਅਤੇ ਤਕਰੀਬਨ ਮੇਰੇ ਥੱਲੇ ਜਾਣੀ 50 ਬੰਦੇ ਕੰਮ ਕਰ ਰਹੇ ਆ ਇਸ ਵੇਲੇ। ਸਰਦਾਰ ਜਸਵੰਤ ਸਿੰਘ ਜੀ, ਟੋਟਲ ਜਿੱਦਾਂ ਐਡੀ ਵੱਡੀ ਫਰਮ ਆ, 50,000 ਤੋਂ ਉੱਪਰ ਜ਼ਮੀਨ ਆ, ਅਤੇ ਕਿੰਨੇ ਟਰੈਕਟਰ ਆ ਟੋਟਲ ਹੋਣਗੇ? ਸਾਡੇ ਕੋਲ ਟੋਟਲ 200 ਟਰੈਕਟਰ ਤੋਂ ਉੱਪਰ ਹੀ ਹੋਊਗਾ, ਘੱਟ ਨਹੀਂ ਹੈ। ਜਾਣੀ ਸਾਰੇ ਪੂਰੇ ਤਾਂ ਡੈਫੀਨੇਟਲੀ ਪੱਕੇ ਨਹੀਂ ਦੱਸ ਸਕਦੇ, ਜਾਣੀ 200 ਤੋਂ ਉੱਤੇ ਆ ਇਸ ਵੇਲੇ। ਜਾਣੀ ਬੜੇ ਵੱਡੇ ਟਰੈਕਟਰ, ਛੋਟੇ ਵੱਡੀ ਹਾਊਸ ਪਾਵਰ ਦੇ, 100 ਹਾਊਸ ਪਾਵਰ ਤੋਂ ਉੱਪਰ ਹੈਗੇ ਆ, ਤਕਰੀਬਨ 200 ਦੇ ਲਾਗੇ, ਅਤੇ 500 ਹਾਊਸ ਪਾਵਰ ਏਕੜ ਦੇ ਹੈਗੇ, ਹਾਊਸ ਪਾਵਰ ਦੇ ਹੈਗੇ ਤਕਰੀਬਨ 50 ਟਰੈਕਟਰ, ਉਹ ਵੀ ਹੈਗੇ 500 ਤੋਂ ਉੱਤੇ ਜਿਹੜੇ ਆ, ਜਿਹੜੇ ਆ ਮੋਹਰੇ ਡਿੱਗ ਕਰਦੇ ਆ ਜ਼ਮੀਨ। ਅਤੇ ਬਾਕੀ ਹੋਰ ਇਕੁਪਮੈਂਟ ਜਿੱਦਾਂ ਛੋਟੀ ਇਕੁਪਮੈਂਟ, ਗੋ ਕਾਰਟ ਵਿੱਚ ਖੱਤਿਆਂ ਦੇ ਜਾਣ ਵਾਸਤੇ, ਉਹ ਵੀ 250-300 ਦੇ ਲਾਗੇ ਛੱਗੇ ਹਰ ਇੱਕ ਸਾਈਡ 'ਤੇ ਹੋਊਗਾ, ਤਕਰੀਬਨ 5-6 ਸਾਈਡਾਂ ਹੈਗੀਆਂ। ਹਰ ਇੱਕ ਸਾਈਡ ਦੇ ਉੱਤੇ ਜਿਹੜਾ ਵਾ ਤਕਰੀਬਨ 200-250 ਟਰੈਕਟਰ ਜਿਹੜਾ। ਸੋ ਗੁਰੂ ਪਿਆਰੋ, ਤਕਰੀਬਨ ਸਾਰੇ ਮਿਲਾ ਕੇ ਅਤੇ 700-800,000 ਤੋਂ ਉੱਪਰ ਜਿਹੜੀ ਆ ਟਰੈਕਟਰ ਵਿੱਚ ਪਾ ਕੇ, ਹਾਂ ਸਾਰੀ ਮਸ਼ੀਨਰੀ 1,000 ਤੋਂ ਉੱਪਰ, ਕੋਈ ਛੋਟੀ ਮੋਟੀ ਗੱਲ ਨਹੀਂ ਗੀ। ਆਪਾਂ ਇੱਕ ਟਰੈਕਟਰ ਲੈ ਲਈਏ ਅਤੇ ਉਹੀ ਆਪ ਨੂੰ ਪਤਾ ਵਾ ਕਿ 400-450 ਫਿਰ ਟਰੈਕਟਰ ਲਿਆ ਜਾਂਦਾ। ਸੋ
ਹੋਰ ਤੁਸੀਂ ਇਹ ਸਾਰਾ ਮੈਨੇਜਮੈਂਟ ਕਰਦੇ ਆ ਅਤੇ ਜਦੋਂ ਕੋਈ ਟਰੈਕਟਰ ਖਰਾਬ ਹੋ ਜਾਂਦਾ ਇੱਥੇ ਫਿਰ ਉਹ ਵਰਕਸ਼ਾਪ ਵੀ? ਹਾਂਜੀ ਹਾਂਜੀ, ਜਿਹੜਾ ਤਾਂ ਖੇਤ ਦੇ ਵਿੱਚ ਠੀਕ ਹੋਣ ਵਾਲਾ ਉਹ ਮਕੈਨਿਕ ਉੱਥੇ ਚਲੇ ਜਾਂਦਾ, ਮਕੈਨਿਕ ਰੱਖੇ ਹੋਏ ਆ 5-6 ਮਕੈਨਿਕ, ਜਾਣੀ ਹਰ ਇੱਕ ਸ਼ਾਪ ਦੇ ਉੱਤੇ ਰੱਖੇ ਹੋਏ ਆ, ਜਿੱਦਾਂ ਇੱਥੇ ਸ਼ਾਪ ਹੈ ਇੱਥੇ 5-6 ਹੈ, ਫਿਰ ਬਾਕੀ ਹੋਰ ਸ਼ਾਪਾਂ ਦੇ ਵੀ ਹਰ ਇੱਕ 'ਤੇ ਜਗ੍ਹਾ 'ਤੇ ਜਾਣੀ ਮਕੈਨਿਕ ਵੱਖਰੇ ਵੱਖਰੇ ਰੱਖੇ ਹੋਏ ਆ, ਉਹ ਫਿਰ ਵਿੱਚ ਫੀਲਡ ਦੇ ਜਾਂਦੇ ਆ, ਛੋਟਾ ਥੋੜ੍ਹਾ ਬਹੁਤ ਨੁਕਸ ਹੈ ਜਿਹੜਾ ਉਹ ਉਹਨੂੰ ਉੱਥੇ ਕਰ ਦਿੰਦੇ ਆ, ਜੇ ਜ਼ਿਆਦਾ ਹੋਵੇ ਤਾਂ ਫਿਰ ਟਰੈਕਟਰ ਡੰਪ ਕਰਾ ਲਈਦਾ ਸ਼ਾਪ ਦੇ ਵਿੱਚ, ਤਾਂ ਫਿਰ ਉਹਨੂੰ ਇੱਥੇ ਆ ਕੇ ਰਿਪੇਅਰ ਕਰੀਦਾ। ਅਤੇ ਟਰੈਕਟਰ ਡਰਾਈਵਰ ਵੀ ਫਿਰ ਜਿਹੜੇ ਆ ਉਹ ਵੀ ਬੜੇ ਐਕਸਪਰਟ ਹੋਣੇ ਆ, ਤੁਹਾਨੂੰ ਪਤਾ ਪੰਜਾਬ 'ਚੋਂ ਜਿਹੜੇ ਆਏ ਉਹ ਆ ਕਿ ਜਾਂ ਇੱਥੇ ਦੇ ਵੀ ਆ ਕੋਈ ਇੱਥੇ ਦੇ ਗੋਰੇ ਵੀ ਆ ਟਰੈਕਟਰ ਡਰਾਈਵਰ? ਜ਼ਿਆਦਾ ਮੈਕਸੀਕਨ ਜ਼ਿਆਦਾ ਡਰਾਈਵ ਕਰਦੇ ਆ, ਬਾਕੀ ਜਿੱਦਾਂ ਦਾ ਵੀ ਜਿਹੜੇ ਬੰਦੇ ਪੁਰਾਣੇ ਜਿਹੜੇ ਕਾਰੀਗਰ ਹੈਗੇ ਆ ਉਹ ਦੇਖ ਕੇ ਰੱਖੀਦੇ ਆ, ਕਿਉਂ ਇਕੁਪਮੈਂਟ ਦੇ ਵਿੱਚ ਡੇਂਜਰ ਆ, ਕਈ ਵਾਰੀ ਕੋਈ ਐਕਸੀਡੈਂਟ ਐਰਾ ਵਗੈਰਾ ਦਾ ਵੀ ਖਿਆਲ ਰੱਖਣਾ ਪੈਂਦਾ ਆ, ਇਸ ਕਰਕੇ ਬੰਦੇ ਟਰੈਕਟਰਾਂ 'ਤੇ ਜਿਹੜੇ ਚਲਾਉਣ ਵਾਲੇ ਆ ਐਕਸਪਰਟ ਬੰਦੇ ਹੀ ਲਾਈਦੇ ਹੈਗੇ ਆ। ਅਤੇ ਦੂਜੀਆਂ ਜਿੱਦਾਂ ਫਲ ਫਰੂਟ ਲਵਾਉਣੀਆਂ, ਗੱਡੀਆਂ ਕਿੰਨੀਆਂ ਕਿਆ? ਇਹ ਤਾਂ ਗੱਲ ਸੀ ਟਰੈਕਟਰਾਂ ਦੀ, ਜਿਹਨਾਂ ਦੇ ਵਿੱਚ ਆੜੂ ਆਉਂਦੇ ਆ, ਬਦਾਮ ਆਉਂਦੇ ਆ, ਅਖਰੋਟ ਆਉਂਦੇ, ਉਹ ਗੱਡੀਆਂ? ਅਸੀਂ ਜੀ ਆਲਮੋਸਟ ਜਾਣੀ ਬਦਾਮਾਂ ਦੀ ਖੇਤੀ ਕਰਦੇ ਹਾਂ, ਜਿੰਨੇ ਵੀ ਹੈਗੇ ਸਾਡੇ, ਅਸੀਂ ਜਿਹੜਾ ਖੱਤਾ ਲੈਂਦੇ ਹਾਂ ਸਾਲ ਦੇ ਵਿੱਚ ਉਹਨੂੰ ਤਿਆਰ ਕਰਕੇ ਬਦਾਮ ਲਾ ਦਿੰਦੇ ਹਾਂ ਉਹਦੇ ਵਿੱਚ, ਅਸੀਂ ਬਦਾਮਾਂ ਵਾਸਤੇ ਆਪਣਾ ਹੁਲਰ ਆ, ਸਾਰਾ ਕੁਛ ਆਪਣਾ ਆ। ਗੱਡੀਆਂ ਵੀ ਤੁਹਾਡੀਆਂ ਆਪਣੀਆਂ? ਟਰੱਕ ਵੀ ਆਪਣੀਆਂ, ਜਿਹੜਾ ਟਰੱਕ ਹੋਣਗੇ ਸਾਡੇ ਕੋਲ ਜਾਣੀ 50 ਟਰੱਕ ਹੋਣਗੇ ਜੀ, ਜਿਹੜੇ ਜਾਣੀ ਟਰੱਕ ਬਾਹਰੋਂ ਲਿਆਉਂਦੇ ਖੱਤਿਆਂ 'ਚੋਂ, ਟ੍ਰੇਲਰ ਜਿਹੜੇ ਆ ਉਹਨਾਂ ਨੂੰ ਫਿਰ ਉਹ ਉੱਥੇ ਖਾਲੀ ਨੂੰ ਛੱਡ ਆਉਂਦੇ, ਭਰੇ ਨੂੰ ਲੈ ਆਉਂਦੇ ਆ ਜਿਹੜਾ ਟਰੱਕ। ਸੋ ਪਿਆਰੇ ਦਰਸ਼ਕੋ, ਕਹਿਣ ਕਰਨ ਵਾਲੀ ਕੋਈ ਗੱਲ ਹੀ ਨਹੀਂ, ਸਾਰਾ ਦੱਸਿਆ ਕਿ ਯਾਰ ਦੇ ਅੰਦਰ ਬਾਹਰ ਆ ਸਾਰਾ ਕੁਛ, ਵਿੱਚੇ ਟਰੈਕਟਰ ਪਾ ਕੇ, ਵਿੱਚੇ ਟਰਾਲੇ ਪਾ ਕੇ, ਵਿੱਚੇ ਮਸ਼ੀਨਾਂ ਪਾ ਕੇ। ਇਸ ਵਕਤ ਬੱਲੇ ਬੱਲੇ ਆ ਭਾਈ ਸਤਨਾਮ ਸਿੰਘ ਹੁਣਾਂ ਦੇ ਫਾਰਮ ਦੀ ਰੁਪੈਰੋ ਨੌਰਥ ਜਿਹੜਾ ਕੈਲੀਫੋਰਨੀਆ ਦੇ ਵਿੱਚ, ਗੁਰੂ ਨਾਨਕ ਦੀ ਕਿਰਪਾ ਵਾ। ਸੋ ਆਓ ਹੁਣ ਤੁਹਾਨੂੰ ਅੱਗੇ ਲੈ ਕੇ ਜਾਂਦੇ ਹਾਂ। ਹਾਂਜੀ, ਆਹ ਮਸ਼ੀਨਰੀ ਜਿਹੜੀ ਆ ਤੁਸੀਂ ਜਿਹੜੀ ਆ ਵੇਖ ਰਹੇ ਜੇ, ਸਿੱਖ ਚੱਲਦੀ ਅੱਖ ਦੇ ਨਾਲ ਸਾਰੀ ਮਸ਼ੀਨਰੀ ਜਿਹੜੀ ਆ ਉਹ ਖੜ੍ਹੀ ਆ, ਬੜੇ ਬੜੇ ਜਿਹੜੇ ਆ ਟਰੈਕਟਰ ਖੜ੍ਹੇ ਆ, ਅਣਗਿਣਤ ਮਸ਼ੀਨਰੀ ਆ। ਹਾਂਜੀ, ਮੈਂ ਲਾਲੀ ਸਾਹਿਬ ਨੂੰ ਆਖੂੰਗਾ ਕਿ ਇੱਧਰ ਦੀ ਵੀ ਇੱਕ ਵਾਰ ਦਿਖਾ ਲੈਣ ਕੇ ਵੇਖੋ ਕਿ ਜਿੱਦਾਂ ਆਪਾਂ ਲੈਣ ਜਾਂਦੇ ਹਾਂ ਨਵਾਂ ਟਰੈਕਟਰ, ਜਿੱਦਾਂ ਏਜੰਸੀ ਦੇ ਵਿੱਚ ਜਾਂਦੇ, ਇੱਦਾਂ ਇੱਥੇ ਜਿਹੜੇ ਆ ਟਰੈਕਟਰ ਲੱਗੇ ਆ ਬਹੁਤ ਵੱਡੇ ਵੱਡੇ ਭਾਅ ਜੀ, ਇਹ ਬਹੁਤ ਵੱਡੇ ਵੱਡੇ ਟਰੈਕਟਰ ਆ। ਪਰਲਾ ਜਿਹੜਾ ਵਾ ਟਰੈਕਟਰ ਉਹ ਕਿੰਨੀ ਹੌਸ ਪਾਵਰ ਦਾ ਜਿਹੜੇ ਪਰਲੇ ਆ? ਉਹ ਹੈਗਾ 500 ਹੌਸ ਪਾਵਰ ਦੇ ਲੱਗੇ ਸ਼ਾਇਦ। ਵਾਹ ਜੀ ਵਾਹ, ਇਹ ਟਰੈਕਟਰ ਜਿਹੜੇ ਤੁਸੀਂ ਪਰਲੇ ਬਣੇ ਵੱਡੇ ਵੇਖ ਰਹੇ 500 ਹੌਸ ਪਾਵਰ ਦੇ ਜਿਹੜੇ ਉਰਲੇ ਬਣੇ ਆ, ਉਹ 100 ਤੋਂ ਉੱਪਰ ਹੈ ਸਾਰੇ। ਵਾਹ ਜੀ ਵਾਹ, 100 ਤੋਂ ਉੱਪਰ 500 ਹੌਸ ਪਾਵਰ ਵੱਡੇ ਵੱਡੇ ਟਰੈਕਟਰ ਭਾਈ ਸਾਹਿਬ ਜੀ ਜਿਹੜੇ ਆ ਉਹ ਕੋਈ ਪਤਾ ਨਹੀਂ ਲੱਗਦਾ। ਸੋ ਪਿਆਰੇ ਦਰਸ਼ਕੋ, ਬੜਾ ਮਾਣ ਹੈ ਆਪਣੇ ਪੰਜਾਬੀਆਂ ਨੂੰ। ਅਤੇ ਆਓ ਹੁਣ ਤੁਹਾਨੂੰ ਲੈ ਜਾਂਦੇ ਹਾਂ ਜਿੱਥੇ ਬਦਾਮਾਂ ਦਾ ਜਿੱਥੇ ਜਿਹੜੀਆਂ ਬੈਲਟਾਂ ਚੱਲਦੀਆਂ ਵਾ ਅਤੇ ਜਿੱਥੇ ਪੈਕਿੰਗ ਹੁੰਦੀ ਆ, ਵੇਖਦੇ ਰਹੋ ਸਿੱਖ ਚੱਲਦੀ ਆਖਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਪਿਆਰੇ ਦਰਸ਼ਕੋ, ਅਸੀਂ ਆ ਗਏ ਹਾਂ ਭਾਅ ਜੀ ਸਤਨਾਮ ਸਿੰਘ ਜੀ ਹੋਈ ਉਹਨਾਂ ਦੇ ਨਾਲ, ਜਿੱਥੇ ਕਿ ਖੇਤ ਆ, ਜਿੱਥੇ ਆ ਸਾਹਮਣੇ ਵੇਖ ਰਹੇ ਜੇ ਬਦਾਮਾਂ ਦੇ ਸਾਰੇ ਇਹ ਦਰਖਤ ਲੱਗੇ ਆ, ਅਤੇ ਜਦੋਂ ਬਦਾਮ ਫਿਰ ਟੁੱਟਦੇ ਆ ਫਿਰ ਗੱਡੀਆਂ ਭਰ ਭਰ ਕੇ। ਇਹ ਭਾਅ ਜੀ ਇੱਕ ਚੀਜ਼ ਮੈਂ ਪੁੱਛਣੀ ਆ, ਬਦਾਮ ਜਿਹੜੇ ਆ ਬੰਦੇ ਤੋੜਦੇ ਕਿ ਜਾਂ ਮਸ਼ੀਨਾਂ? ਨਾ ਨਾ ਨਾ, ਬੰਦੇ ਕਿੱਥੇ, ਇਹ ਤਾਂ ਮਸ਼ੀਨਾਂ ਹੁੰਦੀਆਂ। ਮਸ਼ੀਨਾਂ, ਇੱਕ ਮਸ਼ੀਨ ਆ ਉਹ 6 ਕਰ ਦਿੰਦੀ ਹੈਗੀ ਆ, ਦੂਸਰੀ ਮਸ਼ੀਨ ਆਉਂਦੀ ਆ ਢੇਰੀਆਂ ਲਾ ਦਿੰਦੀ, ਲਾਈਨਾਂ ਲਾ ਦਿੰਦੀ, ਤੀਜੀ ਮਸ਼ੀਨ ਚੱਕ ਕੇ ਉਹ ਲੈ ਜਾਂਦੀ ਟਰੱਕ ਦੇ ਵਿੱਚ ਪਾ ਦਿੰਦੀ ਆ। ਹੱਥਾਂ ਨਾਲ ਨਹੀਂ ਹੈ ਤੁਰਦੇ ਟੁੱਟਦੇ। ਭਾਅ ਜੀ ਜਦੋਂ ਬੂਟਾ ਤੁਸੀਂ ਲਾਉਂਦੇ ਆ ਬਦਾਮਾਂ ਦਾ, ਅਤੇ ਕਿੰਨੇ ਚਿਰ ਬਾਅਦ ਇਹ ਫਲ ਦੇਣ ਡਿਆ ਪੈਂਦਾ? 3-4 ਸਾਲ ਬਾਅਦ ਫਲ ਦੇਣ ਲੱਗ ਪੈਂਦਾ ਹੈਗਾ। ਅਤੇ ਇਹ ਕਿੰਨੇ ਸਾਲਾਂ ਤੱਕ ਫਲ ਦਿੰਦਾ ਰਹਿੰਦਾ? 20-30 ਤਾਂ ਹੀ ਦਿੰਦਾ ਰਹਿੰਦਾ, ਪਰ ਮਤਲਬ ਪਹਿਲਾਂ ਤਾਂ 30-35 ਸਾਲ ਸੀਗਾ, ਹੁਣ ਅੱਜ ਕੱਲ੍ਹ ਨਵੀਆਂ ਵਰਾਇਟੀਆਂ ਉਹ 6-3 ਜ਼ਿਆਦਾ ਬਦਾਮ ਦਿੰਦੀਆਂ, ਤਾਂ ਉਹ 20-25 ਸਾਲ ਹਾਲੇ ਵੀ ਕੱਢ ਜਾਂਦੇ ਹੈਗੇ ਆ। ਸੋ ਪਿਆਰੇ ਦਰਸ਼ਕੋ, ਵੇਖੋ ਕਿ ਬੂਟੇ ਅੱਜ ਕੱਲ੍ਹ ਛੇਤੀ ਜਿਹੜੇ ਫਲ ਦੇਣੇ ਪੈਂਦੇ ਆ, 25-30 ਸਾਲ ਤੱਕ ਸਾਰੇ ਬਦਾਮਾਂ ਦੇ ਦਰਖਤ ਵੇਖ ਰਹੇ ਜੇ। ਮਸ਼ੀਨਾਂ ਸਾਰਾ ਕੰਮ ਕਰਦੀਆਂ, ਉੱਥੋਂ ਜਦੋਂ ਤਰੋੜ ਕੇ ਆਉਂਦੇ ਆ ਅਤੇ ਅੰਦਰ ਬੈਲਟਾਂ 'ਤੇ ਜਾਂਦੇ ਆ, ਅਤੇ ਜਿੱਦਾਂ ਆਪਾਂ ਕਣਕ ਜਾਂ ਝੋਨਾ, ਪਿਆਰੇ ਦਰਸ਼ਕੋ ਆਪਾਂ ਪੰਜਾਬ ਤੋਂ ਆਏ ਹਾਂ, ਜਦੋਂ ਆਪਣੇ ਕਿਸੇ ਜੱਟ ਦੇ ਝੋਨਾ ਜਾਂ ਕਣਕ ਕੰਪੈਨ ਲੱਗੀ ਹੋਵੇ ਤਾਂ ਉਹ ਦੂਜੇ ਹੋਰ ਟਰਾਲੀਆਂ ਗਵਾਂਢੀਆਂ ਦੀਆਂ ਮੰਗਦਾ, ਅਤੇ ਫਿਰ ਆਪਾਂ ਕੀ ਕਰਦੇ ਹਾਂ, ਆਪਾਂ ਉੱਥੇ ਝੋਨੇ ਦਾ ਜਾਂ ਕਣਕ ਦਾ ਢੇਰ ਲਾਈ ਜਾਂਦੇ ਰਹਿੰਦੇ ਹਾਂ ਜ਼ਿਆਦਾ ਜਦੋਂ ਹੋਵੇ। ਅਤੇ ਇਹ ਵੀ ਜਦੋਂ ਇਹਨਾਂ ਕੋਲ ਜ਼ਿਆਦਾ ਮਾਲ ਹੋ ਜਾਂਦਾ ਟਰੱਕ ਭਰ ਜਾਂਦੇ ਆ, ਅਤੇ ਆਹ ਜਿਹੜਾ ਸਾਡੇ ਪਿੱਛੇ ਬੰਨੇ ਵੇਖ ਰਹੇ ਜੇ ਤੁਸੀਂ, ਹੈਰਾਨ ਹੋ ਗਏ, ਇਹ ਸਾਰੇ ਬਦਾਮ ਆ ਭਰੇ, ਇਹ ਭਰੇ ਪਏ, ਇਹ ਸਾਰੇ ਇਹ ਬਦਾਮ ਆ ਢੱਕੇ ਪਏ ਆ। ਫਿਰ ਇੱਥੋਂ ਆਹ ਵੇਖੋ ਸਾਰਾ, ਆਹ ਮੈਂ ਤੁਹਾਨੂੰ ਥੋੜ੍ਹਾ ਜਿਹਾ ਸ਼ਾਇਦ ਆਹ ਸਾਰਾ ਬਦਾਮਾਂ ਦਾ ਤੁਸੀਂ ਵੇਖ ਸਕਦੇ ਜੇ, ਬਦਾਮ ਜਿਹੜੇ ਆ ਦੰਦਿਆਂ ਦੇ ਦੰਦੇ ਢੇਰ ਲਾ ਕੇ
ਇਹ ਭਾਅ ਜੀ ਆ ਕਿੰਨੇ ਕੁ ਟਰੱਕ ਹੋਣਗੇ ਆ ਤੁਹਾਡੇ ਖਿਆਲ ਦੇ ਵਿੱਚ? ਆ ਜਿਹੜਾ ਇਹ ਟਾਈਮ ਥੋੜ੍ਹੇ ਜਿਹੇ ਹੈਗੇ ਆ, 2-3 ਟਰੱਕ ਹੋਣੇ ਹੈਗੇ ਆ, ਇਹ ਜ਼ਿਆਦਾ ਨਹੀਂ ਹੈ। ਹੋਰ ਬਹੁਤ ਸਾਰੇ ਥਾਂ ਜਿੱਥੇ ਬਦਾਮ ਹੈ ਉੱਥੇ ਢੇਰੀਆਂ ਲਾਈਆਂ ਹੈਗੀਆਂ। ਸੋ ਪਿਆਰੇ ਦਰਸ਼ਕੋ, ਇੱਦਾਂ ਇਹ ਬਦਾਮਾਂ ਦੇ ਢੇਰ ਲੱਗੇ ਆ। ਮੈਂ ਲਾਲੀ ਸਾਹਿਬ ਨੂੰ ਕਹੂੰਗਾ ਕਿ ਥੋੜ੍ਹਾ ਇੱਧਰ ਸਾਈਡ 'ਤੇ ਹੋ ਕੇ ਇਹਦੀ ਲੰਬਾਈ ਵੀ ਵਿਖਾਲ ਦੇਣ। ਇਹ ਸਭ ਬਦਾਮਾਂ ਦੇ ਜਿਹੜੇ ਆ ਢੇਰ ਲਾ ਕੇ ਉੱਤੇ ਤਰਪਾਈਲਾਂ ਪਾਈਆਂ ਵਾ, ਬੱਲੇ ਬੱਲੇ ਕੀਤੀ ਆ। ਇੱਕ ਸੋਨਾ ਟੱਕਿਆ ਪਿਆ ਵਾ ਪਿਆਰੇ ਦਰਸ਼ਕੋ, ਕਿਉਂਕਿ ਇਹ ਜ਼ਿਮੀਦਾਰ ਦੇ ਇਹ ਜਿਹੜੀ ਫਸਲ ਆ ਉਹ ਸੋਨੇ ਵਰਗੀ ਹੁੰਦੀ ਆ। ਇਹ ਸਾਰਾ ਹੀ ਵੱਖੋ ਵੱਖਰੀ ਜਗ੍ਹਾ 'ਤੇ ਜਿੱਥੇ ਜਿੱਥੇ ਵੀ ਆ ਖੇਤ ਆ, ਇਹ ਕਈ ਜਗ੍ਹਾ 'ਤੇ ਇੱਦਾਂ, ਇਹ ਨਹੀਂ ਸੋਚਣਾ ਕਿ ਕਿਹ ਜਗ੍ਹਾ 'ਤੇ, ਪਤਾ ਨਹੀਂ ਕਿੰਨੇ ਕੁ ਜਗ੍ਹਾ 'ਤੇ ਇੱਦਾਂ ਇਹਨਾਂ ਨੇ ਬਦਾਮ ਜਿਹੜੇ ਆ ਦੰਦੇ ਲਾ ਲਾ ਕੇ ਅਤੇ ਢੱਕੇ ਆ। ਅਤੇ ਜਦੋਂ ਅੰਦਰ ਟਾਈਮ ਹੁੰਦਾ ਜਦੋਂ ਟਰੱਕਾਂ ਦਾ ਉਹ ਜਿਹੜਾ ਲੋਡ ਹੁੰਦਾ ਉਹ ਜਦੋਂ ਬੈਲਟਾਂ 'ਤੇ ਮੁੜ ਕੇ ਇਹਨਾਂ ਨੂੰ ਵੀ ਲੈ ਜਾਂਦੇ ਆ। ਸੋ ਜਦੋਂ ਆਪਾਂ ਹੁਣ ਤੁਹਾਨੂੰ ਵਿਖਾਲਣਾ ਵਾ ਅੰਦਰ ਬੈਲਟਾਂ ਦਾ, ਅਤੇ ਆਹ ਵੀ ਤੁਹਾਨੂੰ ਵਿਖਾਲਦੇ ਹਾਂ ਸਿੱਖ ਚੈਨਲ ਦੀ ਅੱਖ ਦੇ ਨਾਲ ਪਿਆਰੇ ਦਰਸ਼ਕੋ, ਕਿ ਜਿਹੜਾ ਬਦਾਮਾਂ ਦੇ ਉੱਤੋਂ ਛਿਲਕਾ ਹੁੰਦਾ ਵਾ ਆਹ ਜਿਹੜਾ ਦੂਰੋਂ ਵੇਖ ਰਿਹਾ ਜੇ, ਇਹ ਭਾਅ ਜੀ ਇਹਦੇ ਬਾਰੇ ਦੱਸੋ ਕਿ ਆੜਾ ਸਾਹਮਣੇ ਆਪਾਂ ਵੇਖ ਰਹੇ ਹਾਂ ਐਡਾ ਐਡਾ ਵੱਡੇ ਪਹਾੜ, ਹੈਰਾਨੀ ਹੋ ਗਈ ਆ। ਇਹ ਕੀ ਚੀਜ਼ ਆ? ਇਹ ਜਿਹੜੇ ਬਦਾਮਾਂ ਦੇ ਉੱਤੇ ਛਿਲਕੇ ਹੁੰਦੇ ਆ, ਛਿਲਕੇ ਕੱਢ ਕੇ ਤਾਂ ਫਿਰ ਇਹ ਬਾਹਰ ਸਿੱਟ ਲਈਦੇ ਆ, ਤਾਂ ਮੁੜ ਕੇ ਇਹ ਵੇਚ ਦੇਈਦੇ ਆ, ਗਾਵਾਂ ਦਾ ਖਾਣੇ ਦੇ ਕੰਮ ਆਉਂਦੇ ਆ, ਇਹ ਗਾਵਾਂ ਦੇ ਪਸ਼ੂਆਂ ਦੇ ਖਾਣੇ ਦੇ ਕੰਮ ਆਉਂਦੇ ਹੈਗੇ ਆ। ਵਾਹ ਜੀ ਵਾਹ, ਵਾਹ ਜੀ ਵਾਹ। ਸੋ ਇਹ ਆਪ ਵੇਖ ਰਹੇ ਜੇ ਕਿ ਆਹ ਬਲਡੋਜ਼ਰ ਜਿਹੜਾ ਆ ਰਿਹਾ ਵਾ, ਅਤੇ ਇਹ ਸਾਰੇ ਹੀ ਜਿਹੜੇ ਆ, ਇਹ ਭਾਅ ਜੀ ਬਲਡੋਜ਼ਰ ਇਹਨੂੰ ਚੁੱਕਦਾ ਜਾਂ ਬਲਡੋਜ਼ਰ ਕੀ ਚੀਜ਼ ਲਿਆਉਂਦਾ? ਇਹ ਜਿਹੜੇ ਟਰੱਕਾਂ ਦੇ ਵਿੱਚ ਭਰ ਕੇ ਲਿਜਾਂਦੇ ਆ ਟਰੱਕ, ਮਤਲਬ ਉਹ ਫਿਰ ਟਰੱਕਾਂ 'ਚ ਪਾ ਦਿੰਦਾ ਹੈਗਾ ਬਲਡੋਜ਼ਰ। ਵਾਹ ਜੀ ਵਾਹ। ਅਤੇ ਆਹ ਜਿਹੜੇ ਕੰਟੇਨਰ ਲੱਗੇ ਕਾਹਦੇ ਲੱਗੇ ਆ? ਇਹ ਸਾਰੇ ਬਦਾਮਾਂ ਨਾਲ ਭਰੇ ਪਏ, ਜਾਂ ਬਦਾਮ ਕੱਢ ਲੈਂਦੇ, ਗਿਰੀਆਂ ਕੱਢ ਲਈਦੀਆਂ ਤਾਂ ਇਹਨਾਂ ਕੰਟੇਨਰ ਦੇ ਵਿੱਚ ਪਾ ਦਈਦੀਆਂ, ਅਤੇ ਭਰ ਕੇ ਫਿਰ ਬਾਅਦ ਵਿੱਚ ਅੰਦਰ ਰੱਖ ਦੇਈਦੇ ਹੈਗੇ। ਇਹ ਹੁਣ ਭਰੇ ਪਏ ਆ? ਹਾਂ, ਬਾਹਲੇ ਭਰੇ ਪਏ ਆ ਕੁਛ। ਪਿਆਰੇ ਦਰਸ਼ਕੋ, ਇਹ ਵੇਖ ਰਿਹਾ ਕਿ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਆੜੇ ਕੰਟੇਨਰ ਆ ਇਹ ਬਦਾਮਾਂ ਨਾਲ ਭਰੇ ਪਏ ਆ, ਅਤੇ ਹੁਣ ਆਪਾਂ ਤੁਹਾਨੂੰ ਲੈ ਜਾਣਾ ਵਾ ਅੰਦਰ, ਅਤੇ ਅੰਦਰ ਕਿੱਦਾਂ ਜਿਹੜਾ ਵਾ ਉਹ। ਸੋ ਪਿਆਰੇ ਦਰਸ਼ਕੋ, ਇਹ ਆ ਬਦਾਮਾਂ ਦੇ ਛਿਲਕੇ ਜਿਹੜੇ ਕਿ ਪਤਾ ਨਹੀਂ ਲੱਗਦਾ ਕਿੰਨੇ ਟਰੱਕਾਂ ਦੇ ਟਰੱਕ ਜਿਹੜੇ ਆ ਇਹ ਆ, ਇਹ ਤੁਸੀਂ ਵੇਖ ਰਹੇ ਜੇ ਉੱਤੇ ਘੱਟਾ ਜਿਹੜਾ ਵਾ ਜੰਮਿਆ ਵਾ। ਇਹ ਆ ਛਿਲਕੇ ਬਦਾਮਾਂ ਦੇ ਜਿਹੜੇ ਆ, ਇਹ ਮੁੜ ਕੇ ਗਾਈਆਂ ਨੂੰ ਜਿਹੜੇ ਆ ਉਹਨਾਂ ਦੇ ਖੁਰਾਕ ਦੇ ਵਿੱਚ ਪਾਉਂਦੇ, ਬੜੇ ਇਹਨਾਂ ਦੇ ਵਿੱਚ ਪ੍ਰੋਟੀਨ ਹੁੰਦੇ ਆ। ਇਹ ਹਜ਼ਾਰਾਂ ਦੀ ਤਾਦਾਦ ਦੇ ਨਾਲ ਜਿਹੜੇ ਆ ਇਹ ਵੇਖਦੇ ਆ। ਆਹ ਜਿਹੜਾ ਇਹ ਇਹ ਬਲਡੋਜ਼ਰ ਆ ਇਹ 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 ਮੋਟੇ ਛਿਲਕੇ ਆ, ਅਤੇ ਉਹ ਜਿਹੜੇ ਉਹ ਬਰੀਕ ਨਹੀਂ ਗਏ? ਨਹੀਂ, ਉਹ ਕੱਢੇ ਆ ਇੱਕ ਵਾਰੀ, ਦੁਬਾਰਾ ਫਿਰ ਕੱਢਣੇ ਹੈਗੇ ਆ, ਉਹ ਛਿਲਕੇ ਨਹੀਂ ਹੈ ਉਹਦੇ ਵਿੱਚ, ਹਾਲੇ ਬਦਾਮ ਹੈਗੇ ਆ, ਦੁਬਾਰਾ ਫਿਰ ਕੱਢਣੇ ਹੈਗੇ ਆ। ਸੋ ਪਿਆਰੇ ਦਰਸ਼ਕੋ, ਅੱਜ ਆਪਾਂ ਇਹ ਪਹੁੰਚੇ ਹਾਂ ਸੰਧੂ ਬ੍ਰਦਰ ਫਾਰਮ ਜਿਹੜਾ ਵਾ ਨੌਰਥ ਕੈਲੀਫੋਰਨੀਆ ਦੇ ਵਿੱਚ, ਬੜਾ ਵੱਡਾ ਫਾਰਮ ਆ, ਅਤੇ ਸੰਧੂ ਬ੍ਰਦਰ ਨੇ ਭਰਾਵਾਂ ਨੇ ਰਲ ਕੇ ਵੱਡੇ ਕੰਮ ਬੜੇ ਮਾਰ ਕੇ ਮਾਰੇ ਆ। ਆੜਾ ਮੇਰੇ ਪਿੱਛੇ ਤੁਸੀਂ ਵੇਖ ਰਹੇ ਜੇ ਪਿਆਰੇ ਦਰਸ਼ਕੋ, ਇਹ ਬੜੇ ਵੱਡੇ ਜਿਹੜੇ ਢੇਰ ਜਿਨ੍ਹਾਂ ਦੇ ਉੱਤੇ ਪਲਾਸਟਿਕ ਆ, ਇਹ ਸਾਰੇ ਬਦਾਮ ਜਿਹੜੇ ਆ, ਬਦਾਮ ਹੀ ਇਹਦੇ ਵਿੱਚ ਦੰਦੇ ਲੱਗੇ ਆ ਬਦਾਮਾਂ ਦੇ ਉੱਤੇ ਪਾਈਆਂ ਵਾ ਤਰਪਾਈਲਾਂ। ਬਹੁਤ ਦੂਰ ਤਾਂ ਹੀ ਇਹ ਜਿਹੜੇ ਆ ਬਦਾਮਾਂ ਦੇ ਢੇਰ ਲਾ ਲਾ ਕੇ ਟਰਾਲਿਆਂ ਨੇ ਉੱਤੇ ਜਿਹੜੀਆਂ ਉਹ ਤਰਪਾਈਲਾਂ ਪਾਈਆਂ ਵਾ, ਕਹਿਣ ਦਾ ਮਤਲਬ ਬੱਲੇ ਬੱਲੇ। ਅਤੇ ਆਹ ਜਿਹੜੇ ਮੇਰੇ ਸੱਜੇ ਬੰਨੇ ਵੇਖ ਰਿਹਾ ਜੇ, ਇਹ ਟਰਾਲੇ ਜਿਹੜੇ ਆ ਖੜ੍ਹੇ ਆ, ਬਦਾਮਾਂ ਦੇ ਭਰੇ ਆ, ਕੁਛ ਖਾਲੀ ਆ, ਅਤੇ ਆਹ ਸਾਰਾ ਜਿਹੜੇ ਆ ਪਲਾਂਟ ਲੱਗੇ ਆ। ਅਤੇ ਤੁਹਾਨੂੰ ਹੁਣ ਅਸੀਂ ਲੈ ਕੇ ਜਾਂਦੇ ਹਾਂ ਅੰਦਰ, ਕਿੱਦਾਂ ਬੈਲਟਾਂ ਦੇ ਉੱਤੇ ਜਿਹੜੇ ਆ ਵਰਕਰ ਕੰਮ ਕਰਦੇ ਆ, ਕਿੱਦਾਂ ਉੱਥੇ ਬਦਾਮ ਜਿਹੜੇ ਆ ਤੁਹਾਨੂੰ ਵਿਖਾਲਦੇ ਹਾਂ। ਆਓ ਅੰਦਰ ਆਪਾਂ ਸੰਧੂ ਬ੍ਰਦਰ ਫਾਰਮ ਦੇ ਜਿੱਥੇ ਬੈਲਟਾਂ ਲੱਗੀਆਂ, ਜਿੱਥੇ ਪੈਕਿੰਗ ਹੁੰਦੀ ਆ, ਉੱਥੇ ਲੈ ਕੇ ਜਾਂਦੇ ਹਾਂ ਜੀ। ਸੋ ਭਾਅ ਜੀ ਤੁਸੀਂ ਦੱਸੋ। ਸੋ ਪਿਆਰੇ ਦਰਸ਼ਕੋ, ਇਹ ਹੈ ਟਰੱਕ ਬਦਾਮਾਂ ਦਾ ਭਰਿਆ, ਅਤੇ ਭਾਅ ਜੀ ਇਹ ਜਿਸ ਤਰ੍ਹਾਂ ਬਦਾਮਾਂ ਦਾ ਟਰੱਕ ਭਰਿਆ, ਹੁਣ ਇਹ ਇੱਥੇ ਅਨਲੋਡ ਹੋਊਗਾ? ਇਹ ਹੁਣ ਇੱਥੇ ਇਹਨਾਂ ਨੇ ਇਹਦੇ ਵਿੱਚ ਦੀ ਥੱਲੇ ਚਲੇ ਜਾਣਾ ਹੈਗਾ, ਇੱਥੇ ਅਨਲੋਡ ਕਰਕੇ ਇਹ ਅੰਦਰ ਚਲੇ ਜਾਣਾ ਹੈਗਾ। ਉਹ ਦਿਖਾਲਦੇ ਆ, ਖੋਲ੍ਹ ਕੇ ਦਿਖਾਲਦੇ ਆ। ਸੋ ਪਿਆਰੇ ਦਰਸ਼ਕੋ, ਇੱਥੇ ਆਉਂਦੇ ਆ ਟਰੱਕਾਂ ਦੇ ਟਰੱਕ ਬਦਾਮਾਂ ਦੇ ਨਾਲ ਭਰੇ, ਉਹ ਬਦਾਮ ਜਿਨ੍ਹਾਂ ਨੂੰ ਆਪਾਂ ਤਰਸਦੇ ਹਾਂ ਛੋਟੇ ਹੁੰਦੇ, ਬਦਾਮ ਜਿਹੜੇ ਮਹਿੰਗੇ ਹੁੰਦੇ, ਘਰ ਦੇ ਕਹਿਣਾ ਪੁੱਤ ਬਹੁਤੇ ਨਾ ਖਾਵੀਂ। ਸੋ ਆਹ ਵੇਖ ਲਓ, ਇਹ ਜਿਹੜਾ ਡਰਾਈਵਰ ਆ ਇਹ ਖੋਲ੍ਹਣ ਡਿਆ ਵਾ ਇਹਦਾ ਹਾਪਾ,
ਜਦੋਂ ਖੁੱਲ੍ਹ ਗਿਆ ਉਹ ਵੇਖੋ ਬਦਾਮ ਥੱਲੇ ਡਿੱਗ ਰਹੇ ਆ। ਇਹ ਇਹ ਹੁਣ ਇਸੇ ਤਰ੍ਹਾਂ ਬਦਾਮ ਜਿਹੜੇ ਆ ਥੱਲੇ ਜਾਣਗੇ ਅਤੇ ਜਿਹੜੇ ਗਾੜੀ ਬੈਲਟਾਂ ਦੇ ਵਿੱਚ ਜਾਣਗੇ। ਵੇਖ ਰਿਹਾ ਜੇ ਤੁਸੀਂ ਸਿੱਖ ਚੈਨਲ ਦੀ ਅੱਖ ਦੇ ਨਾਲ ਕਿ ਕਿਸ ਤਰ੍ਹਾਂ ਟਰੱਕਾਂ ਦੇ ਟਰੱਕ ਜਿਹੜੇ ਭਰੇ ਬਦਾਮ ਦੇ ਥੱਲੇ ਜਾਂਦੇ ਆ ਅਤੇ ਇਹ ਟਰੱਕ ਜਿਹੜਾ ਦੋ ਦੋ ਇੱਕ ਇੱਕ ਦੇ ਨਾਲ ਦੋ ਦੋ ਟਰੱਕ ਜਿਹੜੇ ਆ ਭਰੇ ਆ। ਇਹ ਸਭ ਤੁਸੀਂ ਵੇਖ ਰਹੇ ਜੇ ਕਿ ਕਿਸ ਤਰ੍ਹਾਂ ਬਦਾਮ ਜਿਹੜੇ ਆ ਇੱਥੋਂ ਥੱਲੇ ਠਾਂ ਡਿੱਗਦੇ ਆ। ਪਿਆਰੇ ਦਰਸ਼ਕੋ ਵੇਖ ਰਿਹਾ ਜੇ ਕਿਸ ਤਰ੍ਹਾਂ ਸੋਹਣੇ ਸੋਹਣੇ ਬਦਾਮ, ਕੁਆਲਿਟੀ ਵਾਲੇ ਬਦਾਮ ਸਿੱਖ ਚੱਲ ਦੀ ਅੱਖ ਦੇ ਨਾਲ ਆ ਥੱਲੇ ਹਾਪਾ ਜਿਹੜਾ ਇਸੇ ਤਰ੍ਹਾਂ ਭਰਦਾ ਜਾਂਦਾ। ਕਿਆ ਬਾਤਾਂ ਬੱਲੇ ਬੱਲੇ ਆ। ਪਿਆਰੇ ਦਰਸ਼ਕੋ ਵੇਖੋ ਸਿੱਖ ਚੈਨਲ ਦਾ ਕਿੱਡਾ ਵੱਡਾ ਉਪਰਾਲਾ, ਤੁਹਾਨੂੰ ਨਵੇਂ ਤੋਂ ਨਵੀਆਂ ਚੀਜ਼ਾਂ ਵਿਖਾਲਦਾ ਜਿਹੜੀਆਂ ਕਦੀ ਆਪਾਂ ਵੇਖੀਆਂ ਨਹੀਂ। ਆਪਾਂ ਪਿਆ ਖੁੱਲ੍ਹੇ ਬਦਾਮ ਖੇਤਾਂ ਦੇ ਵਿੱਚ, ਇਹ ਤੁਸੀਂ ਵੇਖ ਰਹੇ ਜੇ ਟਰਾਲੇ ਦਾ ਜਿਹੜਾ ਥੱਲਿਓਂ ਹਾਪਾ ਖੁੱਲ੍ਹ ਗਿਆ। ਮੰਨ ਲਓ ਕਿ ਜਿਸ ਤਰ੍ਹਾਂ ਟਰਾਲੀ ਦਾ ਪਿੱਛੋਂ ਡਾਲਾ ਖੁੱਲ੍ਹ ਜੇ ਅਤੇ ਉਹਦੀ ਚੀਜ਼ ਪਛਾਣ ਨੂੰ ਥੱਲੇ ਡਿੱਗਦੀ ਆ, ਇਹ ਹੁਣ ਡਾਲਾ ਜਿਹੜਾ ਥੱਲੇ ਖੁੱਲ੍ਹ ਗਿਆ ਅਤੇ ਬਦਾਮ ਜਿਹੜੇ ਆ, ਵਾਹ ਜੀ ਵਾਹ, ਵਾਹ ਜੀ ਵਾਹ, ਬਦਾਮ ਜਾ ਰਹੇ ਆ ਥੱਲੇ। ਕਿਆ ਬਾਤ ਆ, ਕਿਆ ਬਾਤ ਆ, ਵਾਹ ਜੀ ਵਾਹ, ਵਾਹ ਜੀ ਵਾਹ, ਬਹੁਤ ਵਧੀਆ ਬਦਾਮਾਂ ਦੀਆਂ ਕੁਆਲਿਟੀਆਂ। ਸੋ ਆਹ ਤੁਸੀਂ ਵੇਖ ਰਿਹਾ ਜੇ ਬੈਲਟਾਂ ਚੱਲਦੀਆਂ, ਆਹ ਉੱਪਰ ਵੇਖ ਰਿਹਾ ਜੇ ਸਿੱਖ ਚੱਲਦੀ ਅੱਖ ਦੇ ਨਾਲ, ਆਹ ਬਦਾਮ ਹਨ ਅਤੇ ਬੈਲਟਾਂ ਦੇ ਥਰੂ ਇੱਥੋਂ ਜਿਹੜੇ ਅੰਦਰ ਜਾ ਰਹੇ ਹਨ ਅਤੇ ਇਹ ਭਾਅ ਜੀ ਜਿਸ ਤਰ੍ਹਾਂ ਬਦਾਮ ਉੱਥੋਂ ਜਾਂਦੇ ਆ, ਇਹ ਬਦਾਮ ਉੱਥੋਂ ਆ ਕੇ ਉੱਤੋਂ ਦੀ ਜਾ ਕੇ ਇੱਥੇ ਜਿਹੜੀਆਂ ਤਾਂ ਕੋਈ ਵਿੱਚ ਰੋੜੇ ਰਾੜੇ ਆ ਜਾਂ ਜੋ ਆਪਣੇ ਛਿੱਟੀਆਂ ਹੈਗੀਆਂ ਇੱਥੇ ਨਿਕਲ ਜਾਂਦੀਆਂ, ਦੂਸਰੇ ਪਾਸੇ ਜਾ ਰਹੀ ਹੈਗੀ ਆ ਅਤੇ ਕਲੀਨ ਹੋ ਕੇ ਬਦਾਮ ਅੰਦਰ ਚਲ ਜਾਣੇ ਹੈਗੇ। ਸੋ ਇੱਥੇ ਛਿੱਟੀਆਂ ਮਾੜਾ ਮੋਟਾ ਜਾ ਰਿਹਾ ਗਰਦਾ ਅਤੇ ਅੱਗੇ ਜਾ ਕੇ ਅਤੇ ਮਿੱਟੀ ਕਰਦਾ ਇੱਕ ਬੰਨੇ ਜਾ ਕੇ ਅਤੇ ਬਦਾਮ ਸਾਫ਼ ਹੋ ਕੇ ਅਤੇ ਅੰਦਰ ਜਾਂਦੇ ਆ ਇਹ ਬੈਲਟਾਂ ਦੇ ਰਾਹੀਂ। ਅਤੇ ਤੁਸੀਂ ਵੇਖ ਰਹੇ ਜੇ ਕਿ ਕਿਸ ਤਰ੍ਹਾਂ ਇੱਥੇ ਗਰਦਾ ਮਿੱਟੀ ਨਿਕਲਦਾ ਅਤੇ ਆਹ ਹੁਣ ਤੁਹਾਨੂੰ ਲੈ ਕੇ ਜਾਂਦੇ ਅੰਦਰ, ਕਲੀਨ ਹੋ ਕੇ ਅੰਦਰ ਬਦਾਮ ਚਲੇ ਜਾਣੇ ਆ। ਸੋ ਇਹ ਪਲਾਂਟ ਬੜਾ ਵੱਡਾ ਵਾ, ਇਹਨੂੰ ਸਾਫ਼ ਕਰਕੇ ਅੰਦਰ ਭੇਜਦਾ ਅਤੇ ਆਹ ਹੁਣ ਆਪਾਂ ਤੁਹਾਨੂੰ ਲੈ ਕੇ ਜਾਂਦੇ ਹਾਂ ਅੰਦਰ। ਉਹ ਜਿਹੜੇ ਉੱਥੇ ਜਾ ਕੇ ਸਾਰੇ ਬਦਾਮ ਇਕੱਠੇ ਹੋ ਜਾਂਦੇ ਆ, ਇਕੱਠੇ ਹੋ ਕੇ ਤਾਂ ਇੱਥੋਂ ਫਿਰ ਅੰਦਰ ਆ ਕੇ ਗਿਰੀਆਂ ਬਣਦੀਆਂ ਹੈਗੀਆਂ। ਇਹ ਤੁਸੀਂ ਗਿਰੀਆਂ ਦੇ ਹਾਲੇ ਕਿ ਅੰਦਰੋਂ ਗਿਰੀਆਂ ਬਣਦੀਆਂ ਜਿਹੜੀਆਂ ਨਿਕਲੀਆਂ ਇੱਥੋਂ ਪਹਿਲਾਂ ਇਕੱਠੇ ਹੋ ਕੇ ਤਾਂ ਜਾ ਰਹੇ ਆ, ਜਦ ਤਾਂ ਜਾ ਕੇ ਅੰਦਰ ਦੇਖੋਗੇ ਤਾਂ ਉਹ ਫਿਰ ਗਿਰੀਆਂ ਬਣਦੀਆਂ, ਉਹ ਦੂਸਰੇ ਪਾਸੇ ਦਿਖਾਉਂਦੇ ਤੁਹਾਨੂੰ। ਪਿਆਰੇ ਦਰਸ਼ਕੋ ਕਿ ਬੈਲਟਾਂ ਇਹ ਇਹ ਹਾਲੇ ਕਲੀਨ ਹੋ ਕੇ ਅੰਦਰ ਆਏ ਆ, ਗਿਰੀਆਂ ਨਹੀਂ ਨਿਕਲੀਆਂ ਹਾਲੇ ਉੱਤੇ ਜਾ ਕੇ, ਜਾਂ ਤੁਸੀਂ ਤਾਂ ਦੇਖੋਗੇ ਤਾਂ ਫਿਰ ਗਿਰੀਆਂ ਨਿਕਲੀਆਂ ਦੂਸਰੇ ਸਾਈਡ। ਅਜੇ ਇਹ ਪਿਆਰੇ ਦਰਸ਼ਕੋ ਅਜੇ ਸਾਫ਼ ਹੋ ਕੇ ਇਹ ਜਿਹੜੇ ਬਦਾਮ ਆ ਇਹ ਸਾਫ਼ ਹੋ ਕੇ ਵੇਖੋ ਅੰਦਰ ਆਏ ਆ, ਇਹ ਸਾਫ਼ ਹੋ ਕੇ ਅਤੇ ਅਜੇ ਗਿਰੀਆਂ ਨਹੀਂ ਨਿਕਲੀਆਂ, ਗਰੀਆਂ ਇਹਨਾਂ ਦੇ ਵਿੱਚ ਆ। ਇਹ ਹੁਣ ਆ ਵੇਖੋ ਬੈਲਟਾਂ ਭਰੀਆਂ ਜਾ ਰਹੀਆਂ ਅਤੇ ਹਾਂਜੀ ਇਹ ਗਿਰੀਆਂ ਨਹੀਂ, ਇਹ ਇੱਥੋਂ ਨਿਕਲ ਕੇ ਆ ਰਹੇ ਆ ਜਿਹੜਾ ਸਾਫ਼ ਹੋ ਗਿਆ। ਨਹੀਂ ਨਹੀਂ ਇਹ ਹੀ ਬਦਾਮ ਹੁੰਦੇ ਆ, ਇਹ ਜਿੱਦਾਂ ਇੰਡੀਆ ਨੂੰ ਛਿੱਲਾਂ ਸਣੇ ਭੇਜਦੇ ਆ, ਇਹ ਜਿਹੜੀਆਂ ਗਿਰੀਆਂ ਦੂਸਰੇ ਪਾਸੇ ਬਣਦੀਆਂ ਇਹ ਫਾਈਨਲ ਪ੍ਰੋਡਕਟ ਇਹੋ ਹੀ ਆ। ਸਾਫ਼ ਹੋ ਕੇ ਆ ਗਿਆ, ਹਾਂਜੀ ਇਹ ਸਾਫ਼ ਹੋ ਕੇ ਆ ਗਿਆ। ਸਾਰੇ ਦਰਸ਼ਕੋ ਇਹ ਵੇਖ ਰਹੇ ਜੇ ਇਹ ਹੁਣ ਵੇਖ ਰਹੇ ਜੇ ਕਿ ਇਹ ਹੁਣ ਇਹ ਸਾਫ਼ ਹੋ ਕੇ ਬਦਾਮ ਜਿਹੜੇ ਆਏ ਆ ਅਤੇ ਇੱਥੋਂ ਮੁੜ ਕੇ ਤੁਹਾਨੂੰ ਵਿਖਾਲਦੇ ਹਾਂ। ਗਿਰੀਆਂ ਵੱਖਰੀਆਂ ਨਿਕਲਦੀਆਂ,
नहीं यह जेडे कट्टे वड्डे इत्थे आ जांदे आ, ये दोबारा एक बार फिर पा के गिरियां बाक कर लई दी, जेडे कट्टे जेडे नहीं जेडे कट्टियां या गिरियां वो बाक कर दे दी, जेडियां कट वड होया वो बाक कर दई दा गा। ਇਹਦੇ ਵਿੱਚ ਸਾਫ ਆ ਜਿਹੜਾ ਹੈਗਾ ਗਿਰੀਆਂ ਬਣ ਕੇ ਆਉਂਦੀਆਂ, ਸਭ ਤੋਂ ਫਾਈਨਲ ਪ੍ਰੋਡਕਟ ਆਹ ਆ ਜਿਹੜੀਆਂ ਕਿ ਗਿਰੀਆਂ ਆਉਂਦੀਆਂ ਹੈਗੀਆਂ। ਇਹ ਭਾਅ ਜੀ ਬਹੁਤ ਜ਼ਿਆਦਾ ਸਾਫ ਆ ਇਹਦੇ, ਇਹ ਫਾਈਨਲ ਸਾਫ ਹੋ ਗਏ, ਇਹ ਫਾਈਨਲ ਸਾਫ ਹੋ ਕੇ ਆਉਂਦੇ ਜਿੱਦਾਂ ਹੁਣ ਆ ਰਹੇ ਕਿ ਨਹੀਂ ਹੈ, ਉਹ ਦੇਖੋ ਤੁਸੀਂ ਆ ਰਹੇ तो प्यारे दर्शको ये हैं ये साफ हो गए हूँ, ये साफ हो के पई जाने, ये साफ हो के पई जाती है, पर इस तो पहले मैं तुहानू मशीन दिखा दा। और जो तुसी मशीन देख रहे हैं इहदे विच जिहड़ी भी चीज़ की तुसी पिक्चर ला दिंदे आ वह बदामा तो बाक कर दिंदी आ, ते बाकी बदाम कल्ले दूसरे पासे रह जांदे, दूसरियां चीज़ां वाह कर दिंदी आ, इहदे विच कोई रोड़ा पत्थर कंकर मिट्टी जो भी है वह तुहानू वाह कर दिंदी आ, या बदाम वाह कर दिंदी आ हैगी। जिहड़ियां दो तो मशीनां दे रहे आ या तरको आड़ियां दो मशीनां लगियां वा, ये वक्खो वक्खरे कर दिंदियां, मिट्टी एक बन्ने टुट भज एक बन्ने साफ दाम एक बन्ने, ये हुण ये हुण तुसीं वेख रहे आ कि ये साफ बदाम जिहड़े आ रहे, ते भाई जी ये जिहड़े कंटेनर भरी जाने आ, ये कंटेनर भर के फिर रख लईदे हैगे आ, ये नालों नाल चुकी जांदा मुंडा नाल दी नाल, जद कंटेनर भर देना ये चुक के इत्थे तां होर रख देना हैगा। हांजी प्यारे दर्शको कंटेनर इसे तरह भरी जाने आ, आ वेख लो कंटेनर भरन लगा बदामां दा, ते इहनू चुक के ते फिर उधर पा देना, और साफ हो के आ रहे आ, ते कंटेनर वाल जा रहे, तो प्यारे दर्शको वेखो कि किस तरह स्पीड दे नाल बदाम जिहड़े आ हो सारे जिथे के गिरियां बनदियां हैगियां आ वो थां आ, ये सारा ही जो तुसी देख रहे हैं इतों छिल के कढ़ के बाहर भेज देंदे आ, ते गिरियां इत्थे बनदियां हैगियां। अच्छा गिरियां किधर नूं जांदियां? गिरियां इत्थे गिरियां आ जांदियां हैगियां, इधर गिरियां आ जांदियां, ते कचरा कचरा बाहर चले जांदा जिहड़ा कि तुसी शुरू विच देख के आए आ। सो जिहड़ा आपां कचरे दे ढेर लगे हो इधर नूं, जिहड़े बदाम इधर नूं लगे जांदे आ, ये बड़ा तगड़ा प्रोजेक्ट है भाजी, ये फिर ये बहुत महंगा प्रोजेक्ट होना, किन्ने का प्रोजेक्ट होगा? ये तो बहुत बड़ा हैगा, बहुत मिलियन का हैगा, ये मैं पक्का तो नहीं पता पर बहुत खर्चे वाला हैगा। तो प्यारे दर्शको बहुत बड़ा प्लांट है, हाँ जो जो गंद मंद बदामा दे विचों निकलता इत्थे आ रहा हैगा, तो ये गर्दा जिहड़ा है सैप टुंडा आ रहा है बदामा दे विचों। जां कोई चीज़ होर हैगी कि नहीं वो तुसी देख रहे होंगे कि वह बदामा तो वाक करके दूजे थां चले जाती है, ये सारे बीटे है रोडे राडे, हाँ जी हाँ मिट्टी रोडे राडे। सो आ बदामा दे भरे आ, ये सारे जिहड़े हन ये बदामा दे भरे हैं, उपर उपर कवर वलेटिया है सोने दे उत्ते, ये सोना है एक किस्म का प्यारे दर्शको, ये सारे कंटेनर जो तुम वेख रहे जो सिख चैनल की अख दे नाल, ये सारे बदामा दे भरे हैं, सारे कोई अणगिणत हैं, कोई पता नहीं जिहड़ा लग सकता कि किन्ने क हन, ते आ तुहानू अहीं विखा ही दिंदे आ प्यारे दर्शको कि सब ये जिहड़े भरे हैं कंटेनर, ते भाजी एक आ जिहड़ा इत्थे आ नोटिस लगा आ, इत्थे तुसी केड़ी वैरायटी आ केड़ा साइज़ आ किन्ने पाउंड इस दे विच पए हैगे सारा ही इत्थे लिख के लाउणा पैंदा हैगा। भाजी
प्यारे दर्शकों तुहानू विखा लिया प्लांट, ये तुहानू विखा लिया सारे बदामा दे कंटेनर फुल। ते भाजी इहदियां किन्नियां वैरायटियां होंदियां बदामा दी? बदामा दी बहुत है, 10-15 वैरायटियां होंदियां डिफरेंट, पर जिहड़े आपां लोकी खाने आ उहो एक वैरायटी हुंदी हैगी आ, उहनू नन परैल कहिंदे हैगे आ, बाकी तां होर बहुत सारियां वैरायटियां हैगियां। ते भाजी आपां बाहर आ जाओ, सारे दर्शकों साहब बदामा दे नाल भरे है, कोई अंत नहीं गा, कोई पारा। और जे देखिए तो आप जूंट भी वेखो कि किड्डा वड्डा जूंट आ, गल्लां करन सकलियां औखे पलने बोल। पैर दर्शको छोटी मोटी जी गल नहीं है, माड़े मोटे दे अख्तियार की गल नहीं, मशीनरी भी इन्नी महंगी है। कि बदामां ग्रेडिंग की जाती है, तो उस तो बाद इत्थे ही पैकेज की पैकिंग हो जाती है। सो ये बैल्टां लगियां, ते भाजी किन्ने क कंट्रियां नूं तुसीं बदाम सप्लाई करदे आ? असीं दुनिया दी सारियां कंट्रियां नूं तकरीबन बदाम सप्लाई करदे आ। ते प्यारे दर्शको ये है कनेडा दे विच संधू ब्रदर दा सब तो वड्डा जिहड़ा फार्म, पूरे कनेडा दे विच सब तो वड्डा। सो प्यारे दर्शको ये पूरे USA अमेरिका दे विच संधू ब्रदर दा पूरे USA सब तो वड्डा फार्म है। बड़ा माण है अपने सारे पंजाबियों नूं कि एक साडे पंजाबी भरावां ने सत्तां समुंदरां तों पार आण के हड भरवीं मेहनत कीती, किरत कीती। जिथे किरत करदे उत्थे दसवंद भी कढ़दे आ गुरु प्यारिओ, उत्थे लंगरां दे विच वी सेवावां पाउंदे आ, अपना योगदान पाउंदे आ। सो ये भाजी जिहड़ी लेबर आ ये कित्थे दी आ आजादी? यह सारे देशों का ही आ, इंडियन भी आ, मैक्सीकन भी आ, होर देशों का भी, मतलब किसी एक देश की नहीं है। आज उत्थे गल तो आपां कोई चीज़ इतों कढ रहे हैगे आ, ग्रेडिंग की जा रही है इतने, एक्चुअली मतलब क्वालिटी बना, क्वालिटी कंट्रोल है। या प्यारे दर्शको इतने ये जिन्हें भी हैं ये क्वालिटी हैं, ये भाजी ये टुटे बदम अड कट रहे हैं, ये टुटा बदम ज कोई होर रोड़ा हो जाता हो सारिया चीज़ा बाक कर रहे है। साढ़े नाल होर भी भैन जी, सत श्री अकाल भैन जी, किन्ने चिर तो इतने काम कर रहे थे? मैं जी 5 साल तो काम कर रही इतने। वधिया नाले बदाम खाओ ते नाले पुन ते नाले फलियां। हाँ जी, किस तरह लग रहा था? बहुत वधिया लग रहा है। तुसीं की कर रहे जी हुण कादी इत्थे की कर रहे जी विचों? ये आपां सोल्ड आउट कर रहे हैं, जिस तरह टुटे बदम अलग कर रहे हैं, छिल्ला अलग गया, जे कोई खराब है उन्होंने अलग कर रहे हैं। एवरीवेयर क्वालिटी आ, वेखो कि जे कोई छिल्लड़ आउंदी उहदे च वक्खरी कर दिंदे आ, जे कोई टुटा बदम वक्खरा, जे कोई होर टुटा वक्खरा। ते कहण दा मतलब तुसीं साफ क्वालिटी भेजणी आ वधिया? हाँ जी वधिया भेजणी आ जी। ते तुसीं बहुत खुश होणे इत्थे काम करके? हाँ जी बहुत खुश आ जी। ते जदों इंडिया जांदे होणे फिर ते बदामां नाल ही तुसीं टच ही भरदे। सो प्यारे दर्शको साडियां भैणां और मैक्सीकन नूं लगे आ बड़े खुश आ, और वेखो कि गड्डी तगड़ी, क्योंकि क्वालिटी एवरीवेयर क्वालिटी चाहिए हर एक प्रोडक्ट दे विच, और सारा ये बैल्टां दे विच आउण डिया इधर दी तुसीं वेख सकते जे। और आ जिन्नियां इन्होंने रखियां हन गाड़ी ट्रेयां रखियां हन, इन्हां ट्रेयां दे विच टुटा भज्जा जिहड़ा उह कढ दिंदे आ, ते जिहड़ा वधिया माल आ ਉਹ ਅੱਗੇ ਆਉਂਦਾ ਬੈਲਟਾਂ ਦੇ ਦੋ ਹੀ। ਇਹ ਤਿੰਨੀ ਥਾਂ ਇੱਦਾਂ ਕਰ ਰਿਹਾ, ਸਾਰੀਆਂ ਬੈਲਟਾਂ ਦਾ ਮਾਲ ਆਣ ਕੇ ਆੜੀ ਬੈਲਟ ਆ, ਆੜੀ ਮੇਨ ਬੈਲਟ ਆ, ਇੱਥੇ ਡਿੱਗਦਾ ਵਾ, ਅਤੇ ਇੱਥੋਂ ਮੁੜ ਕੇ ਜਿਹੜੀ ਆ ਵਧੀਆ ਕੁਆਲਿਟੀ ਜਿਹੜੀ ਆ ਉਹ ਇੱਧਰ ਜਿਹੜੀ ਆ ਆਟੋਮੈਟਿਕਲੀ ਜਾ ਰਹੀ ਹੈ ਇੱਧਰ ਉੱਪਰ। ਅਤੇ ਜੇ 50 ਪਾਉਂਡ ਦਾ ਜਾਂ 25 ਪਾਉਂਡ ਦਾ ਜਿੰਨੇ ਦਾ ਵੀ ਤੁਸੀਂ ਬੈਗ ਭਰਨਾ ਉਹ ਭਰ ਲਾ, ਹੁਣ ਜਿੱਦਾਂ ਆਹ 50 ਪਾਉਂਡ ਦਾ ਬੈਗ ਇੱਥੇ ਤੁਸੀਂ ਦੇਖ ਰਹੇ ਹੋ ਭਰ ਰਿਹਾ, ਇਹ 50 ਪਾਉਂਡ ਦਾ ਬੈਗ ਆ ਜਿਹੜਾ ਆਪੇ ਹੀ ਜਾਂ 50 ਪਾਉਂਡ ਹੋ ਜਾਣੇ ਬੰਦ ਹੋ ਜਾਣਾ ਹੈ। ਪਿਆਰੇ ਦੱਸੋ ਇਹ 50 ਪਾਉਂਡ ਦਾ ਬੋਕਸ ਹੈ, ਇਹ ਜਦੋਂ ਭਰ ਗਿਆ ਆਟੋਮੈਟਿਕਲੀ ਬੰਦ ਹੋ ਜਾਣਾ ਹੈ। ਵੇਖੋ ਇਹ ਤਕਰੀਬਨ ਭਰ ਗਿਆ ਅਤੇ ਬੰਦ ਹੋ ਗਿਆ। ਵਾਹ ਜੀ ਵਾਹ, ਵਾਹ ਜੀ ਵਾਹ।
ਸੋ ਅੱਛਾ ਭਾਅ ਜੀ ਆਪਣੇ ਬੰਦ ਹੋ ਜਾਂਦਾ ਹੈ ਉਹ 50 ਉੱਤੇ ਉਹ ਜਿੰਨਾ ਉੱਥੇ ਲਿਖਿਆ ਉੱਥੇ ਹੋ ਜਾਣਾ ਔਰ ਇਸਨੇ 50 ਪਾਉਂਡ ਪੂਰਾ ਕਰਕੇ ਕਿ ਨਹੀਂ ਹੈ ਉੱਤੋਂ ਅਤੇ ਆਪਣੇ ਆਪ ਬੰਦ ਹੋ ਜਾਣਾ ਹੈ ਸੋ ਆਹ ਵੇਖੋ ਤੁਸੀਂ ਪਿਆਰੇ ਦਰਸ਼ਕੋ ਆ ਸਕੇਲ ਆ ਇਹ ਹੋ ਜਾਣ ਲੱਗਾ ਬਸ ਕਿਉਂਕਿ 50 ਪੂਰਾ ਕਰਕੇ ਅਤੇ ਵਾਹ ਜੀ ਵਾਹ ਤੁਸੀਂ ਵੇਖ ਸਕਦੇ ਜੇ ਪੂਰਾ 50 ਪਾਉਂਡ ਹੋ ਗਿਆ ਅਤੇ ਇਹ ਇਹ ਤਕਰੀਬਨ ਜਿੱਦਾਂ ਤੁਸੀਂ ਦੱਸਿਆ 50 ਪਾਉਂਡ ਦਾ ਹੈ 50 ਪਾਉਂਡ UK ਦੇ ਜਾਂ ਅਮੈਰੀਕਨ 50 ਪਾਉਂਡ ਜਾਂ ਅਮੈਰੀਕਨ ਪਾਉਂਡਾਂ ਵਿੱਚ ਗਿਣਦੇ ਹੈ ਨਾ ਠੀਕ ਆ ਸੋ ਪਿਆਰੇ ਦਰਸ਼ਕੋ ਇਹ ਹੈ ਪੈਕਿੰਗ ਇਹ ਭਾਅ ਜੀ 22 ਕਿਲੋ ਅਤੇ 68 ਗ੍ਰਾਮ ਹੁੰਦਾ 22 ਕਿਲੋ 68 ਗ੍ਰਾਮ ਆ ਪਰ ਪਾਉਂਡ 50 ਆ ਪਾਉਂਡ 50 22 ਕਿਲੋ 68 ਗ੍ਰਾਮ 50 ਪਾਉਂਡ ਆਪਾਂ ਵੇਖ ਸਕਦੇ ਜੇ ਇਹ ਇੱਥੇ ਕੋਈ 40 ਬੋਕਸ ਕੋਈ 50 ਬੋਕਸ ਦਾ ਇਹ ਪੈਲਟ ਭਰ ਭਰ ਕੇ ਅਤੇ ਇਹ ਚੱਲੀ ਜਾਣੇ ਇੱਦਾਂ ਹੀ ਅਤੇ ਇੱਥੋਂ ਮੁੜ ਕੇ ਜਾਣਾ ਵਾ ਮਾਲ ਟਰੱਕਾਂ ਦੇ ਵਿੱਚ ਇਹ ਆਹ ਉਹ ਥਾਂ ਆ ਜਿੱਥੇ ਕਿ ਬਦਾਮਾਂ ਦੀ ਗ੍ਰੇਡਿੰਗ ਕੀਤੀ ਜਾਂਦੀ ਆ ਜਿਹੜੇ ਵੱਡੇ ਆ ਉਦੋਂ ਛੋਟੇ ਉਦੋਂ ਛੋਟੇ ਇਹ ਇੱਥੋਂ ਵੱਖ ਕਰ ਲਏ ਜਾਂਦੇ ਹੈਗੇ ਆ ਇਸ ਥਾਂ 'ਤੇ ਇਹ ਇਹ ਇੱਥੋਂ ਉੱਥੇ ਪਾ ਕੇ ਉੱਥੇ ਰੱਖ ਕੇ ਉਦੋਂ ਗਾਂ ਇੱਥੇ ਇਹਨਾਂ ਨੇ ਸਭ ਤੋਂ ਵੱਡਾ ਸਭ ਤੋਂ ਛੋਟਾ ਉਦੋਂ ਵੱਡਾ ਉਦੋਂ ਵੱਡਾ ਉਦੋਂ ਵੱਡਾ ਉਹ ਵੱਖ ਵੱਖ ਪੈਲਟਾਂ ਦੇ ਵਿੱਚ ਸਾਰੇ ਛਾਂਟੀ ਹੋ ਗਿਆ ਇਹ ਆ ਇਹ ਪਹਿਲਾਂ ਗ੍ਰੇਡਿੰਗ ਆਹ ਸਾਰੀ ਗ੍ਰੇਡਿੰਗ ਹੋ ਕੇ ਅਸੀਂ ਗੋਦਾਮ ਦੇ ਵਿੱਚ ਰੱਖ ਦਿੰਦੇ ਉਦੋਂ ਗਾਂਹ ਫਿਰ ਇੱਥੇ ਆ ਕੇ ਜੇ ਕੋਈ ਮਿੱਟੀ ਕੰਕਰ ਰੋੜਾ ਜਾਂ ਕੱਟਿਆ ਹੁੰਦਾ ਉੱਥੋਂ ਆ ਕੇ ਕੱਢ ਕੇ ਫਾਈਨਲ ਪ੍ਰੋਡਕਟ ਇੱਥੇ ਬੋਕਸ ਵਿੱਚ ਭਰੀਦਾ ਹੈਗਾ ਦਰਸ਼ਕੋ ਇਹ ਹੈ ਉਹ ਮਸ਼ੀਨਰੀ ਜਿਹੜੀ ਕਿ ਬਦਾਮ ਸਾਈਜ਼ ਜਿਹੜੀ ਵੱਖੋ ਵੱਖਰੇ ਕਰਦੀ ਆ ਵੱਡਾ ਛੋਟਾ ਇਹ ਸਾਰੇ ਸਾਈਜ਼ ਵੱਖੋ ਵੱਖਰੇ ਕੱਢ ਕੇ ਬਦਾਮਾਂ ਦੇ ਔਰ ਇਹ ਫਿਰ ਜਿਹੜੀ ਆ ਉੱਥੇ ਜਾਂਦੇ ਆ ਸੋ ਆਹ ਵੇਖ ਸਕਦੇ ਜੇ ਤੁਸੀਂ ਕਿ ਆਹ ਵੀ ਸਾਰੇ ਜਿਹੜੇ ਆ ਸਹਿਜ ਕੱਢੇ ਆ ਬੱਲੇ ਬੱਲੇ ਆ ਪਿਆਰੇ ਦਰਸ਼ਕੋ ਵੇਖੋ ਬਦਾਮ ਚਾਰ ਚੁਫੇਰੇ ਬਦਾਮ ਹੀ ਬਦਾਮ ਕੋਈ ਅੰਤ ਨਹੀਂ ਪਾਇਆ ਜਾ ਸਕਦਾ ਵੱਖੋ ਵੱਖ ਕੁਆਲਿਟੀ ਫਿਰ ਇੱਥੇ ਜਾਂਦੀ ਆ ਅਤੇ ਇੱਥੋਂ ਫਿਰ ਭਾਅ ਜੀ ਇਹ ਜਿਹੜੇ ਪੈਲਟ ਜਾਂਦੇ ਆ ਇਹ ਫਿਰ ਕਿੱਧਰ ਜਾਂਦੇ ਮੈਂ ਤੁਹਾਨੂੰ ਉੱਧਰਲੀ ਸਾਹ 'ਤੇ ਲੈ ਕੇ ਜਾਂਦਾ ਜਿਹੜੇ ਦੂਸਰੇ ਪਾਸੇ ਜਾਂਦੇ ਕਿ ਨਹੀਂ ਆ ਗਡਾਊਨ ਦੇ ਵਿੱਚ ਚਲੋ ਆਓ ਤੁਹਾਨੂੰ ਉੱਥੇ ਚੱਲਦੇ ਹਾਂ ਪਿਆਰੇ ਦਰਸ਼ਕੋ ਚੱਲੀਏ ਉੱਥੇ ਜਿੱਥੇ ਬਦਾਮ ਜਿਹੜੇ ਆ ਇੱਥੋਂ ਪੈਕ ਇਹ ਦਿਖਾ ਲਿਆ ਪੈਕਿੰਗ ਏਰੀਆ ਹੁਣ ਬਦਾਮ ਜਿੱਥੇ ਜਾਂਦੇ ਆ ਤੁਹਾਨੂੰ ਉੱਥੇ ਲੈ ਜਾਂਦੇ ਹਾਂ ਅਤੇ ਇੱਥੇ ਲਾਉਂਦੇ ਆ ਲੇਬਲ ਲਿਆਣ ਕੇ ਅਤੇ ਪੂਰਾ ਲੇਬਲ ਲਾ ਕੇ ਪੈਲਟ ਪੂਰਾ ਤਿਆਰ ਕਰਕੇ ਇਹ ਉੱਤੇ ਲਿਖਿਆ ਵਾ ਲੋਡ ਨੰਬਰ ਪ੍ਰੋਡਕਸ਼ਨ ਡੇਟ ਲਿਖੀ ਆ ਐਕਸਪਾਇਰੀ ਡੇਟ ਲਿਖੀ ਆ ਪ੍ਰੋਡਕਟ ਨੇ USA ਲਿਖਿਆ ਸੋ ਪਿਆਰੇ ਦਰਸ਼ਕੋ ਪੂਰਾ ਜਿਹੜਾ ਕਾਗਜ਼ੀ ਆ ਕਾਰਵਾਈ ਕਰਕੇ ਇੱਥੋਂ ਆ ਜਿਹੜਾ ਐਡਾ ਵੱਡਾ ਸਟੋਰ ਆ ਇਹ ਇੰਨੇ ਕੰਟੇਨਰ ਜਿਹੜੇ ਭਰੇ ਪਏ ਸਭ ਬਦਾਮਾਂ ਦੇ ਆ ਇਹ ਸਾਰੇ ਬਦਾਮਾਂ ਦੇ ਆ ਜਦ ਤੁਸੀਂ ਪਹਿਲਾਂ ਉੱਧਰ ਕੱਢ ਲੈਂਦੇ ਹਾਂ ਤਾਂ ਬਦਾਮ ਇੱਥੇ ਲਿਆ ਕੇ ਰੱਖ ਦਿੰਦੇ ਹਾਂ ਇੱਥੇ ਰੱਖ ਕੇ ਉਦੋਂ ਗਾਂਹ ਫਿਰ ਬਾਅਦ ਦੇ ਵਿੱਚ ਫਾਈਨਲ ਪ੍ਰੋਡਕਟ ਜਿਹੜਾ ਹੈਗਾ ਆ ਉਹ ਕਰਕੇ ਦੂਸਰੇ ਗੋਦਾਮ ਦੇ ਵਿੱਚ ਲੈ ਕੇ ਜਾਇਆ ਜਾਂਦਾ ਹੈਗਾ ਇੱਥੋਂ ਫਿਰ ਹੋਰ ਅਗਲੇ ਗੋਦਾਮ ਜਾਣਾ ਪਿਆਰੇ ਦਰਸ਼ਕੋ ਆਪਾਂ ਆ ਜਾਓ ਇੱਥੋਂ ਚੱਲਦੇ ਹਾਂ ਅਗਲੇ ਗੋਦਾਮ ਦੇ ਵਿੱਚ ਅਤੇ ਆਹ ਵੀ ਭਾਅ ਜੀ ਭਰੇ ਪਏ ਸਿੰਪਲ ਆ ਇਹ ਜਿਹੜੇ ਆ ਹਰੇਕ ਸਿੰਪਲ ਰੱਖੀਦਾ ਆ ਜਿਹੜੇ ਅਸੀਂ ਬਾਹਰ ਭੇਜਦੇ ਹਾਂ ਉਹ ਸਿੰਪਲ ਵੀ ਰੱਖੀਦੇ ਆ ਕਿ ਕਿਹੜੇ ਖੱਤੇ 'ਚੋਂ ਆਏ ਹੈਗੇ ਆ ਕਿਹੜੀ ਵਰਾਇਟੀ ਹੈਗੀ ਆ ਔਰ ਇੱਥੇ ਦੀ ਕਾਉਂਟੀ ਚੈੱਕ ਕਰਦੀ ਹੈਗੀ ਕਿ ਤੁਸੀਂ ਜੋ ਆ ਸਹੀ ਭੇਜ ਰਹੇ ਹਾਂ ਕਿ ਨਹੀਂ ਕੱਲ੍ਹ ਨੂੰ ਅਗਰ ਕੋਈ ਕੰਪਲੇਂਟ ਆ ਜਾਵੇ ਤਾਂ ਅਸੀਂ ਇਹਨਾਂ ਦੇ ਵਿੱਚੋਂ ਕੱਢ ਕੇ ਦਿਖਾ ਲਿਆ ਜਾ ਸਕਦੇ ਵੀ ਜੀ ਆਹ ਜਿਹੜੀ ਵਰਾਇਟੀ ਆ ਆਹ ਸੀਗੀ ਇਹਦੇ ਵਿੱਚ ਨੁਕਸ ਹੈ ਕੋਈ ਜਾਂ ਨਹੀਂ ਹੈ ਇਹ ਸਾਂਭ ਕੇ ਰੱਖਣੇ ਪੈਂਦੇ ਆ ਸੋ ਪਿਆਰੇ ਦਰਸ਼ਕੋ ਇਹ ਹੈ ਸਿੰਪਲ ਰੱਖੇ ਹਰ ਇੱਕ ਕੰਪਨੀ ਸਿੰਪਲ ਆ ਦੀ ਸਿੰਪਲ ਆ ਰੱਖੀ ਕਿਹੜੀ ਡੇਟ ਨੂੰ ਕਿਹੜਾ ਜਿਹੜਾ ਮਾਲ ਕਿੱਥੇ ਭੇਜਿਆ ਅਤੇ ਮੈਂ ਆਪਣੇ ਭਾਅ ਜੀ ਤੁਹਾਨੂੰ ਇਹ ਪੁੱਛਦਾ ਕਿ ਇਹ ਪਿਆਰੇ ਦਰਸ਼ਕੋ ਜਿਹੜੀ USA ਦੀ ਆ ਨੌਰਥ ਕੈਲੀਫੋਰਨੀਆ ਦੇ ਵਿੱਚ ਸੰਧੂ ਬ੍ਰਦਰ ਦਾ ਪਹਿਲਾ ਫਾਰਮ ਹੈ ਇੰਡੀਆ ਦੇ ਵਿੱਚ ਪਰ ਵਰਲਡ ਦੇ ਵਿੱਚ ਬੜੀ ਖੁਸ਼ੀ ਹੋਈ ਆ ਇਹ ਤੁਸੀਂ ਆਪਣੇ ਜ਼ਬਾਨੀ ਦੱਸੋ ਕਿ ਵਰਲਡ 'ਚ ਤੁਹਾਡਾ ਕਿੰਨਵਾਂ ਨੰਬਰ ਆ ਵਰਲਡ ਦੇ ਵਿੱਚ ਸਾਡਾ 5ਵਾਂ 6ਵਾਂ ਨੰਬਰ ਆ ਦੁਨੀਆ ਦੇ ਵਿੱਚ ਜਿਹੜੇ ਅਸੀਂ ਬਦਾਮ ਗਰੋ ਕਰਦੇ ਹਾਂ ਉਗਾਉਣ ਦੇ ਜਿਹੜੇ ਗੋਦਾਮ ਆ ਸਾਡਾ
ਮਤਲਬ ਦੁਨੀਆ ਦੇ ਵਿੱਚ ਟੋਪ 10 ਦੇ ਵਿੱਚੋਂ ਹੈਗੇ ਆ ਤੇ ਸਾਰੀ ਦੁਨੀਆ ਨੂੰ ਇੱਥੋਂ ਮਾਲ ਜਿਹੜਾ ਬਦਾਮ ਸਪਲਾਈ ਹੁੰਦੇ ਆ ਇਹ ਤੋਂ ਸਾਰੀ ਦੁਨੀਆ ਨੂੰ ਮਤਲਬ ਕਿਉਂਕਿ ਦੁਨੀਆ ਦਾ 85% ਬਦਾਮ ਜਿਹੜਾ ਉਹ ਕੈਲੀਫੋਰਨੀਆ 'ਚ ਹੀ ਹੁੰਦਾ ਹੈਗਾ ਸੋ ਸਾਰੀ ਦੁਨੀਆ ਨੂੰ ਅਸੀਂ ਵੀ ਭੇਜਦੇ ਹੈਗੇ ਬਦਾਮ ਵਾਹ ਜੀ ਵਾਹ ਬੜੀ ਖੁਸ਼ੀ ਹੋਈ ਆ ਤੁਹਾਡਾ ਆਹੋ ਆਪਾਂ ਇਹ ਸਟੋਰ ਤਾਂ ਬੜੇ ਭਰੇ ਆ ਅਗਲੇ ਸਟੋਰ 'ਚ ਆਪਾਂ ਹੁਣ ਚੱਲੀਏ ਉਹਦੇ ਬਾਰੇ ਵੀ ਦੱਸੋ ਪਿਆਰੇ ਦਰਸ਼ਕੋ ਇਹ ਸਭ ਜਿਹੜੇ ਕੰਟੇਨਰ ਹਨ ਇਹ ਵੇਖ ਲਓ ਕਿ ਸਭ ਭਰੇ ਪਏ ਆ ਬਦਾਮਾਂ ਦੇ ਨਾਲ ਔਰ ਦੁਨੀਆ ਦੇ ਜਿਹੜਾ 85-90% ਜਿਹੜਾ ਇੱਥੋਂ ਜਾਂਦਾ ਹੈ ਇਸੇ ਕਰਕੇ ਇਹਨਾਂ ਸੰਧੂ ਬ੍ਰਦਰ ਹੋਣਾਂ ਨੂੰ ਜਿਹੜੇ ਆ ਬਦਾਮਾਂ ਦੇ ਬਾਦਸ਼ਾਹ ਕਿਹਾ ਜਾਂਦਾ ਹੈ ਵਰਲਡ ਦੇ ਵਿੱਚ ਪਿਆਰੇ ਦਰਸ਼ਕੋ ਬੜਾ ਮਾਣ ਫਾਈਨਲ ਪ੍ਰੋਡਕਟ ਨਹੀਂ ਕੀਤਾ ਇਹ ਹਾਲੇ ਬਦਾਮ ਨਿਕਲ ਕੇ ਹੀ ਇੱਥੇ ਰੱਖੇ ਹੈਗੇ ਆ ਉਦੋਂ ਗਾਂ ਜਾਂ ਤੁਸੀਂ ਗਾਂ ਜਾਓਗੇ ਤਾਂ ਤੁਹਾਨੂੰ ਫਾਈਨਲ ਪ੍ਰੋਡਕਟ ਵੀ ਮਿਲਣਾ ਹੈ ਇਹ ਅਜੇ ਬਦਾਮ ਜਿਹੜੇ ਆ ਵਾਹ ਜੀ ਵਾਹ ਇਹ ਤਾਂ ਬੜਾ ਭਾਅ ਜੀ ਇਹ ਵੇਖੋ ਜੀ ਕਰਦਾ ਬਦਾਮ ਵੇਖੀ ਚੱਲੀਏ ਬੜੇ ਤਗੜੇ ਤਗੜੇ ਕਿੰਨੇ ਰਿਹਾ ਇਹ ਇਹਨਾਂ ਤੋਂ ਅੱਗੇ ਅਜੇ ਆਪਾਂ ਜਾਣਾ ਹਾਂਜੀ ਹੁਣ ਤੁਸੀਂ ਆ ਜਿਹੜਾ ਗਾਂ ਦੇਖ ਰਹੇ ਹੈਗੇ ਆ ਇਹਦੇ ਵਿੱਚ ਆ ਜਿਹੜੇ ਵਾਈਟ ਬੋਰੇ ਦਿਸ ਰਹੇ ਹੈਗੇ ਆ ਬੈਗ ਇਹ ਛਿੱਲਾਂ ਸਣੇ ਬਦਾਮ ਜਿਹੜੇ ਇੰਡੀਆ ਅਤੇ ਚੀਨ ਨੂੰ ਭੇਜੇ ਜਾਂਦੇ ਆ ਅਤੇ ਬਾਕੀ ਜਿਹੜੇ ਛੋਟੇ ਬੈਗਾਂ ਦੇ ਵਿੱਚ ਬਰਾਊਨ ਦੇ ਵਿੱਚ ਦੇਖ ਰਹੇ ਹਾਂ ਇਹ ਸਾਰੀ ਦੁਨੀਆ ਨੂੰ ਭੇਜੇ ਜਾਂਦੇ ਆ ਆੜੇ ਚਿੱਟੇ ਬੋਰਿਆਂ 'ਚ ਇਹ ਇੰਡੀਆ ਅਤੇ ਚਾਈਨਾ ਨੂੰ ਭੇਜੇ ਜਾਂਦੇ ਜਾਂ ਇਹ ਇੰਡੀਆ ਅਤੇ ਚਾਈਨ ਨੂੰ ਭੇਜੇ ਜਾਂਦੇ ਆ ਉਹ ਗਿਰੀਆਂ ਤੋਂ ਬਿਨਾਂ ਲੈਂਦੇ ਆ ਕਿਉਂਕਿ ਉੱਥੇ ਟੈਕਸ ਲੱਗਦਾ ਗਿਰੀਆਂ ਦੇ ਉੱਤੇ ਪਰ ਬਾਕੀ ਜਿਹੜੇ ਆ ਦੁਨੀਆ ਸਾਰੀ ਉਹ ਗਿਰੀਆਂ ਵਾਲੀ ਲੈਂਦੇ ਹੈਗੇ ਆ ਹਾਂਜੀ ਸੋ ਪਿਆਰੇ ਦਰਸ਼ਕੋ ਇਹ ਸੀਗਾ ਪ੍ਰੋਡਕਟ ਜਿਹੜਾ ਚਾਈਨਾ ਨੂੰ ਅਤੇ ਜਾਂਦਾ ਇੰਡੀਆ ਨੂੰ ਵੇਖੋ ਖੜਕ ਰਿਹਾ ਆ ਬਦਾਮ ਕਿਆ ਬਾਤਾਂ ਸਭ ਬਦਾਮ ਹੀ ਬਦਾਮ ਆ ਇਹ ਕਿਹਦੇ ਮੂੰਹ 'ਚ ਪੈਣੇ ਆ ਇਹ ਤਾਂ ਕੁਦਰਤ ਜਾਣਦੀ ਆ ਸੋ ਹਰ ਇੱਕ ਦੇ ਉੱਤੇ ਵੇਖੋ ਕਿ ਲੇਬਲ ਜਿਹੜਾ ਲੱਗਾ ਹੈ ਪ੍ਰੋਡਕਸ਼ਨ ਡੇਟ ਜਿਹੜੀ ਆ ਉਹ ਕਦੋਂ ਆ ਐਕਸਪਾਇਰੀ ਡੇਟ ਜਿਹੜੀ ਆ ਐਕਸਪਾਇਰੀ ਡੇਟ ਬੜੀ ਭਾਅ ਜੀ 2020 ਤਾਈ ਆ ਸਾਰੇ ਚੀਜ਼ ਦਾ ਇੱਥੇ ਨੰਬਰ ਲਿਖ ਕੇ ਰੱਖਣਾ ਪੈਂਦਾ ਤਾਂ ਕਿ ਅਗਰ ਕੋਈ ਕੰਪਲੇਂਟ ਆਵੇ ਤੁਸੀਂ ਕਹਿ ਸਕਦੇ ਹਾਂ ਵੀ ਆ ਇਸ ਖੱਤੇ 'ਚੋਂ ਆਏ ਆ ਅਗਰ ਕਿਸੇ ਖੱਤੇ ਦੇ ਬਦਾਮਾਂ ਦੇ ਵਿੱਚ ਕੋਈ ਪ੍ਰੋਬਲਮ ਆ ਤਾਂ ਉਹ ਤੁਸੀਂ ਵੱਖ ਕਰ ਸਕਦੇ ਹਾਂ ਇੱਥੋਂ ਦੇਖ ਕੇ ਸੋ ਆਹ ਜਿਹੜੇ ਹੀ ਇਹ ਜਾਂਦੇ ਆ ਪਾਕਿਸਤਾਨ ਇੰਡੀਆ ਨੂੰ ਅਤੇ ਆਹ ਜਿਹੜਾ ਮਾਲ ਹੈ ਦੁਨੀਆ ਭਰ 'ਚ ਜਾਂਦਾ ਇਹ ਦੁਨੀਆ ਭਰ ਦੇ ਵਿੱਚ ਜਾਂਦਾ ਹੈਗਾ ਉਹ ਜਿਹੜੇ ਹੈਗੇ ਆ ਇਹ ਤਾਂ ਆਹ ਤੁਸੀਂ ਪਹਿਲਾਂ 50 ਪਾਉਂਡ ਦੇ ਦੇਖੇ ਹੈਗੇ ਆ ਆਹ 2000 ਪਾਉਂਡ ਦੇ ਤੁਸੀਂ ਬੈਗ ਦੇ ਰਹੇ ਹੈਗੇ ਵੱਡੇ ਇਹ ਦੁਨੀਆ ਦੇ ਵਿੱਚ ਕਈ ਲੋਕ ਜਾਣੀ 50 ਪਾਉਂਡ ਨਾਲੋਂ 2000 ਜਾਂ 3000 ਪਾਉਂਡ ਦਾ ਸਮਾਨ ਇੱਕ ਬੈਗ ਦੇ ਵਿੱਚ ਜਾਊਂਗੇ ਤਾਂ ਉਹ ਚਾਹੁੰਦੇ ਆ ਜੇ ਇਹ ਜਿਹੜੀ ਆਹ ਵਰਾਇਟੀ ਦੇਖ ਰਹੇ ਹਾਂ ਇੱਥੇ ਅੱਗੇ ਆਹ ਜੋ ਵਰਾਇਟੀ ਦੇ ਰਹੇ ਹਾਂ ਇਹ 2000 ਜਾਂ 2000 ਤੋਂ ਉੱਤੇ ਪਾਉਣ ਦੀ ਇਹ ਬੋਕਸ ਆ ਦਰਸ਼ਕੋ ਆਹ ਵੇਖ ਰਿਹਾ ਜੇ 2000 ਪਾਉਂਡ ਤੋਂ ਉੱਪਰ ਆ ਇਹ ਇਹਦਾ ਵੇਟ ਜਿਹੜਾ ਵਾ 2200 ਜਿਹੜਾ ਵਾ ਹਾਂਜੀ 2200 ਹਾਂਜੀ ਅਤੇ ਵੇਖ ਲਓ ਇਹਦਾ ਸਾਰਾ ਉੱਤੇ ਲਿਖਿਆ ਪ੍ਰੋਡਕਸ਼ਨ ਡੇਟ ਵੀ 10/18 ਫਿਰ ਇਹਦੀ ਐਕਸਪਾਇਰੀ ਡੇਟ ਵੀ 10 ਅਕਤੂਬਰ 2020 ਤੱਕ ਅਤੇ ਇਹ ਬਹੁਤ ਭਾਅ ਜੀ ਇਹਦੇ ਫਿਰ ਬਹੁਤ ਜ਼ਿਆਦਾ ਹੀ ਵੇਟ ਆ ਇਹਨਾਂ ਦਾ ਇਹ ਤਾਂ ਫਿਰ ਉਹਨਾਂ ਨੂੰ ਵੀ ਫਾਇਦਾ ਹੋ ਜਾਂਦਾ ਬਿਜ਼ਨਸਮੈਨਾਂ ਨੂੰ ਉਹ ਹਰੇਕ ਦੇਸ਼ ਆਪਣੇ ਵੱਡੇ ਲਿਜਾ ਕੇ ਫਿਰ ਆਪਣੇ ਛੋਟੇ ਛੋਟੇ ਬੈਗਾਂ ਦੇ ਵਿੱਚ ਆਪ ਜਿੱਦਾਂ ਪੈਕ ਕਰਨੇ ਚਾਹੁੰਦੇ ਉੱਦਾਂ ਪੈਕ ਕਰ ਲੈਂਦੇ ਹੈਗੇ ਆ ਸੋ ਪਿਆਰੇ ਦਰਸ਼ਕੋ ਇਹ ਵੱਡੇ ਵੱਡੇ ਜਿਹੜੇ 2200 ਜਿਹੜਾ ਵੇਟ ਹੈ ਇਹਨਾਂ ਦਾ ਕੇ ਜੀ ਔਰ ਇੱਥੋਂ ਜਾਂਦਾ ਇੰਟਰਨੈਸ਼ਨਲ ਸਾਰੀ ਦੁਨੀਆ ਨੂੰ ਇਸੇ ਕਰਕੇ ਇਹ ਸੰਧੂ ਬ੍ਰਦਰ ਨੂੰ ਕਹਿੰਦੇ ਆ ਕਿ ਇਹ ਬਦਾਮਾਂ ਦੇ ਬਾਦਸ਼ਾਹ ਵਾ ਅਤੇ ਬਾਦਸ਼ਾਹ ਵੀ ਉਹ ਬਣਾਉਣਾ ਗੁਰੂ ਨਾਨਕ ਭਾਅ ਜੀ ਕਿਸ ਤਰ੍ਹਾਂ ਮਹਿਸੂਸ ਕਰ ਰਹੇ ਵੇਖੋ ਇਸ ਵਕਤ ਤੁਹਾਡਾ ਦੁਨੀਆ ਦੇ ਉੱਤੇ ਨਾਮ ਆ ਕਿਸ ਤਰ੍ਹਾਂ ਮਹਿਸੂਸ ਹੋ ਰਿਹਾ ਤੁਹਾਨੂੰ ਸੰਧੂ ਬ੍ਰਦਰ ਨੂੰ ਦੇਖੋ ਜੀ ਇੱਦਾਂ ਗੱਲ ਹੈਗੀ ਆ ਇਹ ਬਾਬੇ ਨਾਨਕ ਦੀਆਂ ਹੀ ਬਖਸ਼ਿਸ਼ਾਂ ਆ ਅਸੀਂ ਤਾਂ ਕੋਈ ਇੰਨੇ ਯੋਗ ਨਹੀਂ ਹਾਂ ਪਰ ਪਰਮਾਤਮਾ ਨੇ ਸਾਡੇ 'ਤੇ ਬਹੁਤ ਮਿਹਰ ਕੀਤੀ ਅਸੀਂ 3 ਭਰਾ ਨੇ ਬਦਾਮਾਂ ਦਾ ਫਾਰਮ 20 ਸਾਲ ਪਹਿਲਾਂ ਹੀ ਸ਼ੁਰੂ ਕੀਤਾ ਸੀਗਾ ਉਹ ਸੱਚੇ ਪਾਤਸ਼ਾਹ ਨੇ ਇੰਨੀ ਕਿਰਪਾ ਕੀਤੀ ਕਿ ਅਸੀਂ ਮਤਲਬ ਜੋ ਸਾਨੂੰ ਸੱਚੇ ਪਾਤਸ਼ਾਹ ਨੇ ਜਿੰਨਾ ਕੁਝ ਦੇ ਦਿੱਤਾ ਅਸੀਂ ਉਨੇ ਦੇ ਕਾਬਲ ਨਹੀਂ ਸੀਗੇ ਸੋ ਇਹ ਬਾਬੇ ਨਾਨਕ ਦੀਆਂ ਹੀ ਕਿਰਪਾ ਦੇ ਨਾਲ ਸਭ ਕੁਛ ਹੋਇਆ ਹੈਗਾ ਗੁਰੂ ਪਿਆਰੋ ਵੇਖੋ ਕਿ ਬਾਬੇ ਨਾਨਕ ਦਾ ਫਲਸਫਾ ਹੈ ਕਿਰਤ ਕਰੋ ਨਾਮ ਜਪੋ ਵੰਡ ਛਕੋ ਇਸੇ ਫਲਪ ਦੇ ਉੱਤੇ ਸਿੱਖ ਚੈਨਲ ਚੱਲ ਰਿਹਾ ਹੈ ਹਰ ਇੱਕ ਜਿਹੜਾ ਹੈ ਮਿਲੀਅਨ ਬਿਲੀਅਨ ਸਿੱਖ ਇੱਕ ਝੰਡੇ ਥੱਲੇ ਇਕੱਠੇ ਕਰ ਰਹੇ
किरत करनी, नाम जपना ते वंड के छकना, और इस कारण करके सहज पाठ का एकता सहज पाठ का जिहड़ा उपराला कीता है वर्ल्ड के कोने कोने च मशहूर है, चाहे वह इटली है, हॉलैंड है, स्पेन है, जर्मनी है, तो इत्थे भी साड़ी सिख चलन का जिहड़ा काफिला है यूएसए की धरती ते, इत्थे भी आपां सहज पाठ एकता सहज पाठ दे विच आपां हाजरियां लवाउणियां वा। तो वेखो जिहड़े रब नूं याद करदे आ ते रब उहनां नूं बड़े गफ्फे दिंदा, जींदी जागदी मिसाल आ, जिहड़ा भी आउंदा वा कोई भी जदों चल के आ जाए तो उहदी भी भावना पूरी करदे आ, बड़े बड़े गुरद्वारियां दे विच सेवावां भी निभाउंदे आ। तो भाजी इहदे तुसीं वधिया जदों तुसीं दरबार साहिब जांदे होणे तुसीं उत्थे भी बदाम चढ़ाउंदे होणे आ? हाँ, उत्थे भी लैके जाइदा, उत्थे बाबे दे मतलब चरणा च भेट करी दे जिन्ने कल जा सकते हैं, अपने हरेक साल जाइए है। क्योंकि प्यारे दर्शकों आप बहुते पंजाब चो आए जे, पहला ही छोटे होंदे वेख रहे हैं जदों कोई खरबूजा हदवाणा बदम कोई भी फल फ्रूट होना तो घरद्या ने कहना भी पहला गुरुद्वारे चढ़ा के आओ। सो य बड़ा व्डा ताडा उपराला भाजी जिहड़ा तुसीं गुरु नानक दे घर नूं नहीं भुले, तो गुरु नानक ने भी ताडियां जिहड़ियां वा वो झोलियां ही भर दित्तियां, हुण तो कोई तोट नहीं गई भाजी, हुण तो तुसीं बड़ा आनंद जे विच जे ना? नहीं, गल इदा जी, ए पैसे नालों ज़्यादा गल हुंदी है कि सुख ते शांति है। साडे परिवार मेरे छे भरा सी, छे भरा इन्ने सुखी आ सच्चे पातशाह ने रखे कि पैसे नालों वड्डी गल इह आ कि सुख ते शांति आ, बच्चे बड़े अच्छे आ, बच्चे बड़े होनहार आ, कोई किस तरह की कोई मतलब प्रॉब्लम नहीं है। सो परमात्मा हाँ सब सब तो वड्डी चीज़ आ प्यारे दर्शको इज्जत, और विहार बनाउण कई साल लंघ जांदे आ, इज्जत आंदे आ राम वधावे सो दे बलकर वधे ना कोई। गुरु प्यारो एक वर्ल्ड दे विच नाम कोया संधु ब्रदर ने, और उत्थे सानू आपां सारे पंजाबियों नूं माण आ कि साडे संधु भरावां ने सत्तां समुंदरां तों पार आ के यूएसए की धरती ते कैलीफोर्निया दे विच जिथे इन्हां दा पहला नंबर आ, पहला इन्हां दा खेती दे सब तो वड्डी खेती फार्मर आ, उत्थे वर्ल्ड दे विच वी ये बड़े वड्डे जिहड़े आ ये सपोर्ट दा काम करदे आ, सारे 85-90% जिहड़े वर्ल्ड दे इत्थों बदाम जांदे आ, कोई छोटी जी गल नहीं गुरु प्यारिओ। सो ये असीं तुहानूं दिखा लिया। तो संधु साहब जी, होर इस वक्त तुहानूं सिख चैनल दी अख दे नाल पूरे वर्ल्ड दे विच वेख्या जा रहा, किस तरह तुसां दहां नौआं दी किरत कमाई की, हड्ड भनवी कमाई करके अज तुसीं वर्ल्ड दे विच जिहड़ा सप्लाई कर रहे जे, तो तुहानूं दुनिया उत्ते सिख चैनल दी अख नाल वेख्या जा रहा, जिहड़े वेखण वाले दर्शक उहनां नूं की सुनेहा देना चाहोगे? देखो जी, पहला तो मैं सिख चैनल का बहुत बहुत धन्यवादी हाँ कि जिन्होंने इन्ना समा कढ़ के साडे इत्थे आए ते सानू बहुत समा दिता, थैंक यू वेरी मच। दूसरी गल मैं ये कहना चाहना कि सिख लेवा इंसान जिथे भी दुनिया ते बसता आ उसने बड़ी तरक्की की आ, सानू बड़ी खुशी हुंदी आ, और मैं चाहना कि जिथे भी वो रहन अपने उस देश का नाँ उच्चा करन और अपने रब दे उत्ते भी भरोसा रखन और अपने उन्हां भैणां भरावां दी भी हैल्प करन जो कि जिन्हां दी कि तुहानूं लोड़ आ। आपां सारे ही बाहरले देशां विच बहुत ही सुखी हाँ, पैसा बतेरा हैगा, पर अगर असी किसी दुखी भैण भरा दी किते भी जिस देश दे विच भी तुसीं रहिंदे उत्थे जां अपने प्यारे पंजाब दी सेवा कर सकदे हो ਤਾਂ ਬਹੁਤ ਖੁਸ਼ੀ ਹੋਊਗੀ। ਇਹਨਾਂ ਗੱਲਾਂ ਨਾਲ ਤੁਹਾਡਾ ਸਿੱਖ ਚੈਨਲ ਦਾ ਅਤੇ ਬਾਕੀ ਸੁਣਨ ਵਾਲਿਆਂ ਦਾ ਸਾਰਿਆਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ, ਥੈਂਕ ਯੂ। ਪਿਆਰੇ ਦਰਸ਼ਕੋ, ਇਹਨਾਂ ਨੇ ਥੋੜ੍ਹੇ ਜਿਹੇ ਲਫਜ਼ਾਂ 'ਚ ਵੱਡਾ ਵੱਡਾ ਮੈਸੇਜ ਦੇ ਦਿੱਤਾ ਵੀ ਗਰੀਬ ਦਾ ਮੂੰਹ ਗੁਰੂ ਦੀ ਗੋਲ ਕਿਆ, ਉਹਨੂੰ ਪਛਾਣੋ, ਗਰੀਬ ਗੁਰਬੇ ਦੀ ਮਦਦ ਕਰੋ, 8-60 ਤੀਰਥ ਸਗਲ ਪੁੰਨ ਜੀ ਦਇਆ ਪ੍ਰਵਾਨ। ਭਾਅ ਜੀ, ਤੁਹਾਡਾ ਸਿੱਖ ਚੈਨਲ 'ਤੇ ਲਈ ਟਾਈਮ ਕੱਢਿਆ ਤੁਸੀਂ ਆਪਣੇ ਰਜਾਵੇ ਭਰਿਆ ਕੰਮਾਂ 'ਚੋਂ, ਤੁਹਾਡਾ ਅਸੀਂ ਕਾਰੋਬਾਰ ਵੇਖ ਕੇ, ਮੈਂ ਨਹੀਂ ਇਸ ਵਕਤ ਤੁਹਾਨੂੰ ਸਾਰੇ ਵਰਲਡ 'ਚ ਵੇਖ ਰਿਹਾ, ਸਾਰੇ ਖੁਸ਼ ਹੋਏ ਹੋਣਗੇ, ਅਤੇ ਘਰ ਵੇਖ ਕੇ ਵੀ ਤੁਹਾਡਾ ਜਿਹੜਾ ਬੱਲੇ ਬੱਲੇ ਜਿਹੜੀ ਆ ਬੜਾ ਮਨ ਖੁਸ਼ ਹੋਇਆ ਕਿ ਭਰਾ ਇਕੱਠੇ ਰਹਿੰਦੇ ਆ ਅਤੇ ਐਡਾ ਵੱਡਾ ਘਰ ਆ 5 ਏਕੜ ਦੇ ਵਿੱਚ, ਗੁਰੂ ਨਾਨਕ ਹਰਕ ਦੀਆਂ ਮਨੋਭਾਵਨਾਵਾਂ ਜਿਹੜੀਆਂ ਉਹ ਪੂਰੀਆਂ ਕਰੇ। ਅਤੇ ਤੁਹਾਡਾ ਫਿਰ ਦੁਬਾਰਾ ਧੰਨਵਾਦ ਕਰਦੇ ਹਾਂ, ਅਤੇ ਹੋਈਆਂ ਭੁੱਲਾਂ ਚੁੱਕਾਂ ਦੀ ਮਾਫ਼ੀ। ਮੈਂ ਹਾਂ ਜਗਤਾਰ ਸਿੰਘ ਨਿੱਜਰ, ਕੈਮਰਾਮੈਨ ਲਾਲੀ ਦੇ ਨਾਲ, ਹੈੱਡ ਆਫ ਪ੍ਰੋਡਕਸ਼ਨ ਦੇ ਨਾਲ, ਯੂਐਸਏ ਦੀ ਧਰਤੀ
कैलीफोर्निया ਤੇ ਇਹ ਆਪਣਾ ਭਾਅ ਜੀ ਇਹ ਜਿਹੜਾ ਸ਼ਹਿਰ ਇਹਦਾ ਕੀ ਨਾਮ ਟਰੇਸੀ ਟਰੇਸੀ ਦੇ ਵਿੱਚ ਟਰੇਸੀ ਕੈਲੀਫੋਰਨੀਆ ਯੂ ਐੱਸ ਏ 'ਤੇ ਹੋਈਆਂ ਭੁੱਲਾਂ ਚੁੱਕਾਂ ਦੀ ਮਾਫ਼ੀ ਇਸੇ ਤਰ੍ਹਾਂ ਵੇਖਦੇ ਰਹਿਣਾ ਆਪਣਾ ਪਿਆਰਾ ਪਿਆਰਾ ਸਿੱਖ ਚੈਨਲ ਤੁਹਾਨੂੰ ਹੋਰ ਵੀ ਨਵੀਆਂ ਤੋਂ ਨਵੀਆਂ ਜਿਹੜੇ ਇੱਥੇ ਫਾਰਮਰ ਆ ਟਰੱਕਿੰਗ ਵਾਲੇ ਆ ਜੋ ਵੀ ਸਿੱਖਾਂ ਨੇ ਮੱਲਾਂ ਮਾਰੀਆਂ ਉਹਨਾਂ ਦੇ ਨਾਲ ਰੂਬਰੂ ਕਰਾਵਾਂਗੇ ਇਹੋ ਸਾਡਾ ਹੁੰਦਾ ਹੈ ਉਪਰਾਲਾ ਹੁੰਦਾ ਹੈ ਕਿ ਜਿੱਥੇ ਵੀ ਆਪਣੇ ਪੰਜਾਬੀ ਵੱਸਦੇ ਆ ਉਹਨਾਂ ਕਿਰਤ ਕਮਾਈਆਂ ਕੀਤੀਆਂ ਉਹਨਾਂ ਦੀ ਫਿਲਮਾਂ ਬਣਾ ਕੇ ਅਤੇ ਨਵੀਆਂ ਤੋਂ ਨਵੀਆਂ ਆਪਣੇ ਪਿਆਰੇ ਦਰਸ਼ਕਾਂ ਨੂੰ ਦਿਖਾ ਲਈਏ ਤਾਂ ਕਿ ਉਹਨਾਂ ਦੇ ਵਿੱਚ ਵੀ ਉਤਸ਼ਾਹ ਹੋਵੇ ਕਿ ਇਨਸਾਨ ਜੋ ਚਾਹਵੇ ਕਰ ਸਕਦਾ ਹੈ ਦਸਾਂ ਨੂੰ ਉਹਦੀ ਕਿਰਤੀ ਦੀ ਲੋੜ ਹੈ ਅਤੇ ਵਾਹਿਗੁਰੂ ਦੀ ਉੱਤੇ ਕਿਰਪਾ ਦੀ ਲੋੜ ਹੈ ਜਿੱਥੇ ਵੀ ਆਪਾਂ ਕੰਮ ਕਰੀਏ ਵਾਹਿਗੁਰੂ ਨੂੰ ਯਾਦ ਰੱਖੀਏ ਫਿਰ ਵਾਹਿਗੁਰੂ ਕੀ ਕਰਦਾ ਹੈ ਜੋ ਮੰਗੇ ਠਾਕਰ ਆਪਣੇ 'ਤੇ ਸੋਈ ਸੋਈ ਦੇਵੇ ਹੋਈਆਂ ਭੁੱਲਾਂ ਚੁੱਕਾਂ ਦੀ ਮਾਫ਼ੀ ਇੱਥੇ ਹੀ ਸਮਾਪਤੀ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।